ਜਿੱਥੇ ਚਾਹ ਦੀ ਚੁਸਕੀ ਨਾਲ ਮਜ਼ੇਦਾਰ ਗੱਲਾਂ ਹੁੰਦੀਆਂ ਨੇ ਹਰ ਰੋਜ਼, ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਪਸੰਦੀਦਾ ਮਨ ਭਾਉਂਦਾ ਸ਼ੋਅ ਡੇਲੀ ਡੋਜ਼। ਅਤੇ ਡੇਲੀ ਡੋਜ਼ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਣੀ ਕਿ ਗੁਰਪ੍ਰੀਤ ਮਾਨ ਵੱਲੋਂ ਡੇਲੀ ਡੋਜ਼ ਵੇਖਣ ਵਾਲੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਅਤੇ ਜਸ ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ, ਸਿਹਤਯਾਬ ਹੋਵੋਗੇ, ਆਪਣੀ ਫੈਮਿਲੀ ਦੇ ਨਾਲ ਬੈਠ ਕੇ ਇਸ ਟਾਈਮ ਮੈਨੂੰ ਦੇਖ ਰਹੇ ਹੋਵੋਗੇ ਜਸ ਪੰਜਾਬੀ ਦੀ ਖਿੜਕੀ ਵਿੱਚੋਂ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ, ਅੱਜ ਬੁੱਧਵਾਰ ਹੈ ਅਤੇ ਕਹਿੰਦੇ ਨੇ ਬੁੱਧ ਕੰਮ ਸ਼ੁੱਧ ਸ਼ੁੱਧ ਕੰਮ ਤਾਂ ਹੋਣਾ ਜੇ ਤੁਹਾਡੀਆਂ ਕੌਲਾਂ ਹੋਣਗੀਆਂ, ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰੋਗੇ। ਅਤੇ ਗੱਲਾਂ ਬਾਤਾਂ ਦਾ ਜਿਹੜਾ ਟੌਪਿਕ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਬੁੱਧਵਾਰ ਨੂੰ ਆਪਾਂ ਇੱਕ ਖਾਸ ਟੌਪਿਕ ਰੱਖਿਆ ਹੋਇਆ, ਉਹ ਹੈ ਤੁਹਾਡੀਆਂ ਕਵਿਤਾਵਾਂ। ਦਰਅਸਲ ਇਹ ਦਿਨ ਮੇਰਾ ਨਹੀਂ ਬੋਲਣ ਦਾ, ਇਹ ਦਿਨ ਤੁਹਾਡਾ ਹੈ। ਤੁਹਾਡੇ ਤੋਂ ਹੀ ਮੈਂ ਸੁਣਨੀਆਂ ਕਵਿਤਾਵਾਂ, ਗੀਤ, ਟੱਪੇ, ਮਾਹੀਏ, ਢੋਲੇ, ਜੋ ਵੀ ਦਿਲ ਚਾਹੁੰਦਾ ਨਾ ਸੁਣਾ ਦਿਓ। ਬਸ ਫੋਨ ਘੁਮਾਓ ਅਤੇ ਫੋਨ ਮੈਂ ਤੁਹਾਡੇ, ਕਾਫੀ ਫੋਨ ਹੋਲਡ 'ਤੇ ਵੀ ਨੇ, ਪਰ ਫੋਨ ਚੱਕਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਟੌਪਿਕ ਬਾਰੇ ਡਿਸਕਸ ਕਰ ਲਾਂ। ਕਿਸੇ ਵੀ ਬੋਲੀ ਭਾਸ਼ਾ ਦੇ ਜਿਹੜੇ ਸਾਹਿਤ ਹੁੰਦਾ ਨਾ, ਉਹ ਕਿਸੇ ਵੀ ਭਾਸ਼ਾ ਦਾ ਇੱਕ ਦਿਲ ਹੁੰਦਾ ਜਿਹਦੇ ਵਿੱਚੋਂ ਫੀਲਿੰਗਸ ਨਿਕਲਦੀਆਂ ਨੇ। ਅਤੇ ਉਹ ਦਿਲ ਹੈਗੇ ਆ ਸਾਡੇ ਪੰਜਾਬੀ ਦੇ ਪੁਰਾਣੇ ਫੋਕ ਗੀਤ, ਫੋਕ ਬੋਲੀਆਂ, ਵਿਆਹਾਂ ਸ਼ਾਦੀਆਂ 'ਚ ਗਾਏ ਜਾਣ ਵਾਲੇ ਗੀਤ। ਅੱਜ ਕੱਲ੍ਹ ਦਾ ਡੀ ਜੇ ਦੇ ਖੜਕੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕੀ ਚੱਲ ਰਿਹਾ। ਪੁਰਾਣਾ ਸਮਾਂ ਸੀ ਜਦੋਂ ਸਪੀਕਰ ਲਾ ਕੇ ਪਿੰਡਾਂ ਦੇ ਵਿੱਚ ਮੰਜੇ ਜੋੜ ਕੇ ਨਾ, ਖੈਰ ਮੇਰੀ ਉਮਰ ਤਾਂ ਉਨੀ ਹੈ ਨਹੀਂ, ਪਹਿਲਾਂ ਤਾਂ ਸੁਣਿਆ ਹੋਇਆ, ਟੈਲੀਵਿਜ਼ਨ 'ਤੇ ਦੇਖਿਆ ਵੀ ਹੋਇਆ ਫਿਲਮਾਂ ਦੇ ਵਿੱਚ, ਤੁਸੀਂ ਤਾਂ ਉਹ ਚੀਜ਼ ਨੂੰ ਹੰਢਾਇਆ ਹੋਊਗਾ, ਤੁਹਾਡੇ ਅਹਿਸਾਸ ਤਾਂ ਮੇਰੇ ਨਾਲੋਂ ਵੀ ਗੂੜੇ ਹੋਣਗੇ। ਸੋ ਮੈਂ ਆਸ ਕਰਦਾ ਕਿ ਤੁਸੀਂ ਮੈਨੂੰ ਆਪਣੇ ਉਹ ਪੁਰਾਣੇ ਐਕਸਪੀਰੀਅੰਸ ਜ਼ਰੂਰ ਦੱਸੋਗੇ, ਸਾਂਝੇ ਕਰੋਗੇ, ਅਤੇ ਮੈਨੂੰ ਪੁਰਾਣੇ ਗੀਤ, ਪੁਰਾਣੇ ਨਗਮੇ ਅਤੇ ਜੋ ਵੀ ਚੀਜ਼ ਤੁਹਾਡੇ ਦਿਲ ਦੇ ਨੇੜੇ ਆ। ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆ, ਮੈਂ ਅੱਜ ਇੱਕ ਖਾਸ ਤਰੀਕੇ ਨਾਲ ਤੁਹਾਡੇ ਨਾਲ ਇਹ ਪ੍ਰੋਗਰਾਮ ਅੱਗੇ ਵਧਾਉਣਾ ਚਾਹੁੰਦਾ। ਉਹ ਤਰੀਕਾ ਇਹ ਆ ਵੀ ਤੁਸੀਂ ਰੇਡੀਓ 'ਤੇ ਪਹਿਲਾ ਗਾਣਾ ਕਿਹੜਾ ਸੁਣਿਆ ਸੀ, ਆਪਣੇ ਚੇਤਿਆਂ ਦੀਆਂ ਪਰਤਾਂ ਫੋਲੋ ਅਤੇ ਵਿੱਚੋਂ ਯਾਦ ਕਰੋ, ਉਹ ਯਾਦ ਸਾਡੇ ਨਾਲ ਫਿਰ ਸਾਂਝੀ ਕਰੋ, ਗਾ ਕੇ, ਗੁਣਗੁਣਾ ਕੇ, ਜਿਵੇਂ ਵੀ ਤੁਹਾਨੂੰ ਫਿੱਟ ਬਹਿੰਦਾ, ਬਸ ਉਵੇਂ ਸਾਡੇ ਨਾਲ ਸਾਂਝੀ ਕਰਨੀ ਆ ਉਹ ਯਾਦ, ਜਿਹੜੀ ਤੁਸੀਂ ਰੇਡੀਓ 'ਤੇ ਪਹਿਲੀ ਵਾਰ ਤੁਸੀਂ ਕੋਈ ਗੀਤ ਸੁਣਿਆ ਸੀ ਉਹ ਤੁਹਾਡੇ ਯਾਦ ਹੋਵੇ, ਜਾਂ ਤੁਸੀਂ ਪੁਰਾਣੇ ਸਮੇਂ ਵਿੱਚ ਜਦੋਂ ਪੰਜਾਬ 'ਚ ਜਾਂ ਪਿੰਡ ਰਹਿੰਦੇ ਹੋ ਤੁਸੀਂ ਉਹ ਗੁਣਗੁਣਾਉਂਦੇ ਹੋ, ਜਾਂ ਉਹ ਪਿੰਡ ਵਿੱਚ ਲੱਗੇ ਸਪੀਕਰਾਂ ਦੇ ਵਿੱਚੋਂ ਸੁਣਦੀ ਹੋਈ ਆਵਾਜ਼ ਤੁਸੀਂ ਕੰਨਾਂ ਰਾਹੀਂ ਸੁਣੀ ਹੋਵੇ ਅਤੇ ਤੁਹਾਡੇ ਦਿਲ ਦੇ ਵਿੱਚ ਬੈਠ ਗਈ ਹੋਵੇ ਉਹ ਆਵਾਜ਼, ਉਹ ਮਿੱਠੀ ਜਿਹੀ ਆਵਾਜ਼ ਸਾਡੇ ਨਾਲ ਸਾਂਝੀ ਕਰੋ। ਜੇ ਪੁਰਾਣੇ ਕਲਾਕਾਰਾਂ ਦੀ ਗੱਲ ਕਰਾਂ ਤਾਂ ਲਾਲ ਚੰਦ, ਜਮਲਾ ਜੱਟ ਤੋਂ ਲੈ ਕੇ ਆਸਾ ਸਿੰਘ ਮਸਤਾਨਾ, ਮੁਹੰਮਦ ਸਦੀਕ, ਕੁਲਦੀਪ ਮਾਣਕ, ਨਰਿੰਦਰ ਬੀਬਾ, ਸੁਰਿੰਦਰ ਕੌਰ ਪੰਜਾਬ ਦੀ ਕੋਇਲ, ਅਤੇ ਹੋਰ ਵੀ ਬਹੁਤ ਕਲਾਕਾਰ ਨੇ ਜਿਨ੍ਹਾਂ ਦੇ ਦੇਣ ਪੰਜਾਬੀ ਵਿਰਸੇ ਨੂੰ, ਸੱਭਿਆਚਾਰ ਨੂੰ ਬਹੁਤ ਵੱਡੀ ਦੇਣ ਆ। ਅਤੇ ਉਹਨਾਂ ਵਿੱਚੋਂ ਜੇ ਆਪਾਂ ਗੱਲ ਕਰੀਏ ਪੰਜਾਬੀ ਵਿਆਹਾਂ 'ਚ ਗਾਏ ਜਾਣ ਵਾਲੇ ਗੀਤਾਂ ਦੀ, ਮੇਰੇ ਜ਼ਿਆਦਾ ਦਿਲ ਦੇ ਉਹ ਨੇੜੇ ਨੇ। ਉਹ ਮੈਂ ਛੋਟਾ ਹੁੰਦਾ ਜਦੋਂ ਕਿਤੇ ਵਿਆਹ ਹੋਣਾ, ਮੇਰੇ ਹੁਣ ਵੀ ਯਾਦ ਆ ਸਾਡੇ ਮੇਰੇ ਵੱਡੇ ਤਾਏ ਦੇ ਮੁੰਡੇ ਦਾ ਵਿਆਹ ਸੀ, ਉਦੋਂ ਮੈਂ ਬਿਲਕੁਲ 5-6 ਸਾਲ ਦਾ ਹੀ ਹੋਊਂਗਾ, ਅਤੇ ਉਦੋਂ ਵਿਆਹ ਤੋਂ ਪਹਿਲਾਂ 5-5, 6-6, 7-7 ਦਿਨ ਗੀਤ ਗਾਉਂਦੀਆਂ ਬੁੜੀਆਂ ਸ਼ਾਮੀ, ਉਹ ਘੋੜੀਆਂ ਹੁੰਦੀਆਂ ਸੀ ਮੁੰਡੇ ਦੇ ਵਿਆਹ ਵੇਲੇ ਗਾਉਂਦੇ, ਅਤੇ ਉਹ ਮੈਨੂੰ ਬੜਾ ਵਧੀਆ ਲੱਗਦਾ ਸੀ, ਮੂੰਹ ਜੋੜ ਕੇ ਐਂ ਕੋਲੋ ਕੋਲ ਹੀ ਐਂ ਬੈਠੇ, 4-4, 3-3 ਬੀਬੀਆਂ ਬੈਠੀਆਂ ਹੁੰਦੀਆਂ ਅਤੇ ਉਹ ਆਪਸ 'ਚ ਉਹ ਗੀਤ ਗਾਉਂਦੀਆਂ। ਜੇ ਤੁਹਾਡੇ ਕਿਸੇ ਦੇ ਉਹ ਵੀ ਯਾਦ ਹੋਏ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਕਿਉਂਕਿ ਆਉਣ ਵਾਲੇ ਬੱਚਿਆਂ ਨੂੰ ਨਾ ਇਹ ਚੀਜ਼ਾਂ, ਇਹ ਸਾਡੇ ਵਿਰਸੇ ਵਿਰਾਸਤ ਸੱਭਿਆਚਾਰ ਦਾ ਜਿਹੜਾ ਅਣਮੁੱਲਾ ਅੰਗ ਨੇ ਨਾ, ਉਹ ਆਉਣ ਵਾਲੀ ਪੀੜ੍ਹੀ ਤੱਕ ਸਾਨੂੰ ਦੱਸਣਾ ਬਣਦਾ, ਸਾਡਾ ਹੱਕ ਆ। ਕਹਿੰਦਾ ਮਾਂ ਬੋਲੀ ਦੇ ਮਿੱਠੜੇ ਬੋਲ, ਕੰਨਾਂ ਵਿੱਚ ਰਸ ਦਿੰਦੇ ਘੋਲ, ਮਾਂ ਬੋਲੀ ਦੇ ਮਿੱਠੇ ਬੋਲ, ਕੰਨਾਂ ਵਿੱਚ ਰਸ ਦਿੰਦੇ ਘੋਲ, ਅਤੇ
ਬੱਚਿਆਂ ਨੂੰ ਇਹ ਬਿਠਾ ਕੇ ਕੋਲ ਵੰਡੋ ਖਜ਼ਾਨਾ। ਅੱਗੇ ਮੈਂ ਭੁੱਲ ਗਿਆ, ਖੈਰ ਕੋਈ ਗੱਲ ਨਹੀਂ, ਮੈਂ ਤਾਂ ਜਿਹੜਾ ਕੁਛ ਭੁੱਲ ਗਿਆ ਮੈਨੂੰ ਮਾਫ਼ ਕਰਿਓ, ਕਿਉਂਕਿ ਮੈਂ ਕਈ ਵਾਰੀ ਗੱਲਾਂ ਬਾਤਾਂ ਦੇ ਵਿੱਚ ਇੰਨਾ ਉਲਝ ਜਾਂਦਾ, ਕਿਉਂਕਿ ਮੈਨੂੰ ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਜਦੋਂ ਮੌਕਾ ਮਿਲਦਾ, ਜਜ਼ਬਾਤ ਥੋੜ੍ਹੇ ਜਿਹੇ ਕਾਲੇ ਪੈ ਜਾਂਦੇ ਆ, ਲਫ਼ਜ਼ ਥੋੜ੍ਹੇ ਜਿਹੇ ਫਿਸਲ ਜਾਂਦੇ ਆ, ਸੋ ਮੈਨੂੰ ਮਾਫ਼ ਕਰਨਾ ਤੁਸੀਂ, ਅਤੇ ਮੇਰੇ ਨਾਲ ਨਾਲ ਚੱਲਣਾ, ਮੇਰੀ ਮੈਨੂੰ ਉਂਗਲ ਫੜਾ ਦੇਣੀ ਆ, ਮੈਂ ਬੱਚਿਆਂ ਵਾਂਗੂ ਤੁਹਾਡੇ ਨਾਲ ਨਾਲ ਤੁਰੂੰਗਾ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਣੇ ਆ। ਸਾਨੂੰ ਕਾਫੀ ਕਾਲਰ ਹੋਲਡ 'ਤੇ ਹੋਣਗੇ, ਕਹਿ ਰਹੇ ਨੇ ਤੂੰ ਹੀ ਬੋਲ ਰਿਹਾ, ਸਾਨੂੰ ਵੀ ਮੌਕਾ ਦੇ, ਸੋ ਪਹਿਲੇ ਕਾਲਰ ਸਾਡੇ ਨਾਲ ਕੌਣ ਜੁੜੇ ਨੇ, ਸੁਣਦੇ ਆ ਜੀ, ਸਵਾਗਤ ਹੈ ਜੀ ਡੇਲੀ ਡੋਜ਼ ਦੇ ਵਿੱਚ। ਧੰਨਵਾਦ ਜੀ ਦੌਰਪ੍ਰੀਤ ਸਮਾਨ ਸਾਹਿਬ, ਕੀ ਹਾਲ ਚਾਲ ਆ? ਤੁਸੀਂ ਪੁੱਛਿਆ ਤਾਂ ਹੁਣ ਐ ਲੱਗਦਾ ਵੀ ਮੈਂ ਬਹੁਤ ਵਧੀਆ ਜੀ। ਵਾਹ ਬਈ ਵਾਹ, ਪਰਮਾਤਮਾ ਕਰੇ ਤੇਰਾ ਬਹੁਤ ਹੀ ਵਧੀਆ ਰਵੇ ਜੀ। ਤੁਹਾਡਾ ਆਸ਼ੀਰਵਾਦ ਆ ਜੀ ਸਾਡੇ ਨਾਲ ਤੇ ਬੱਚਿਆਂ ਤੁਹਾਡੇ, ਤੇ ਤੁਹਾਡੇ ਨਾਲ ਗੱਲ ਕਰਕੇ ਰੂਹ ਖੁਸ਼ ਹੋ ਜਾਂਦੀ ਆ, ਰੂਹ ਤਾਜ਼ਾ ਹੋ ਜਾਂਦੀ ਆ। ਤੇ ਅੱਜ ਪਹਿਲੀ ਕਾਲ ਤੁਹਾਡੀ ਆ, ਅੱਗੇ ਮੈਂ ਦੋ ਵਾਰੀ ਲਾਸਟ ਦੇ ਵਿੱਚ ਤੁਹਾਡੀ ਕਾਲ ਲਈ ਆ, ਅੱਜ ਸਟਾਰਟਿੰਗ 'ਚ ਹੀ ਆਪਣੇ ਕਾਲ ਤੁਹਾਡੀ ਮੈਂ ਚੱਕੀ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ, ਤੁਸੀਂ ਕੀ ਸੁਣਾਓਗੇ? ਨਵੀਂ ਸ਼ਕੀਰੀ ਸੀਸਾਂ ਦੇਵਨ ਨੂੰ ਚੁਣ ਕੇ ਸ਼ਬਦ ਲਿਆ ਮਾਂ ਕਿਹੜੇ ਜਨਮੀ ਘਰ ਤੇਰੇ ਸੀ ਬਾਬਲ ਰਿਜਕ ਬਗਾਨੇ ਵਿਹੜੇ ਵਿੱਚ ਤਿੰਨਾਂ ਲੋਕਾਂ ਨੇ ਤੇਰੇ ਦੀਆਂ ਨੂੰਹਾਂ ਕੱਟ ਰਹਿਣ ਬਸੇਰੇ ਨੂੰ ਚੱਲੀਆਂ ਇਸ ਵਿਦੇਸ਼ ਨੂੰ ਦੂਈਆਂ ਬਲ ਪਿਆ ਸੰਯੋਗਾਂ ਦਾ ਸਾਰੇ ਕਰਮ ਗਤੀ ਦੇ ਗੇੜੇ ਜਨਮੀ ਕਰ ਤੇਰੇ ਸੀ ਬਾਬਲ ਰਿਜਕ ਬਗਾਨੇ ਵਿਹੜੇ ਆ ਪੜੀਆਂ ਅਰਸ਼ ਦੀਆਂ ਉਸਦੇ ਬੈਠਣ ਪੈਣ ਸਰਾਣੀ ਵਿੱਚ ਦੋਹਾਂ ਜਹਾਨਾਂ ਦੇ ਸੁਖੀ ਬਖਸੇ ਮਾਤਾ ਰਾਣੀ ਕੁਝ ਸਾਂਝੇ ਹੁੰਦੇ ਨੇ ਮਾਵਾਂ ਤੇ ਧੀਆਂ ਦੇ ਜਿਹੜੇ ਮਾਵਾਂ ਤੇ ਧੀਆਂ ਦੇ ਜਿਹੜੇ ਜਨਮੀ ਘਰ ਤੇਰੇ ਸੀ ਪਾਵਨ ਰਿਜਕ ਬਗਾਨੇ ਵਿਹੜੇ ਦੌਲਤ ਦਰ ਤੇਰੇ ਦੇ ਪਾਣੀ ਰਹੇ ਹਮੇਸ਼ਾ ਭਰਦੀ ਗੁੱਡੀ ਅਸਮਾਨਾਂ ਤੇ ਚੜ੍ਹਦੀ ਕਲਾ ਰਹੇ ਇਸ ਘਰ ਦੀ ਦਿਨ ਮਾਣੇ ਬਚਪਨ ਦੇ ਜਿੱਥੇ ਸੁੱਖੀ ਵਸਣ ਖੇੜੇ ਜਨਮੀ ਘਰ ਤੇਰੇ ਸੀ ਬਾਬਲ ਰਿਜਕ ਬਗਾਨੇ ਵਿਹੜੇ ਹਲ ਸਾਰੀ ਉਮਰ ਦੀਆਂ ਪਈਆਂ ਨਵ ਪਰਿਵਾਰਕ ਸਾਂਝਾਂ ਡਰ ਇੰਦਰ ਰਾਜੇ ਦੇ ਝਾੜੂ ਫੇਰਾਂ ਭਾਂਡੇ ਮਾਂਜਾਂ ਇੱਕ ਬਰਤਨ ਸੋਨੇ ਦੇ ਜੋਤਾਂ ਅੰਮ੍ਰਿਤ ਨਾਲ ਲਵੇੜੇ ਜਨਮੀ ਘਰ ਤੇਰੇ ਸੀ ਬਾਬਲ ਰਿਜਕ ਬਗਾਨੇ ਵਿਹੜੇ ਵਿੱਚ ਮੈਲੀ ਦੁਨੀਆ ਨੇ ਤੇਰੀ ਰਹੇ ਉਜਲੀ ਚਾਦਰ ਜੀ ਨਵੇਂ ਘਰਾਣੇ ਦੇ ਮੈਨੂੰ ਦੇਵਨ ਰਜਮਾ ਆਦਰ ਤੀ ਕੋਰੀ ਚਾਂਦੀ ਨੂੰ ਸੋਨਾ ਸਾਥ ਬਿਹਾ ਕੇ ਜਿਹੜੇ ਜਨਮੀ ਘਰ ਤੇਰੇ ਸੀ ਬਾਬਲ ਰਿਜਕ ਬਗਾਨੇ ਵਿਹੜੇ ਸਨ ਪਿਛਲੇ ਜਨਮਾਂ ਦੇ ਰਿਸ਼ਤੇ ਸਾਡੇ ਅਤੇ ਤੁਹਾਡੇ ਪਰ ਚੁਗਣਾ ਪੈਂਦਾ ਹੈ ਜਿਹੜਾ ਚੋਗ ਖਿਲਾਰਿਆ ਡਾਢੇ ਪਰ ਚੱਲੀ ਦੂਰ ਭਾਵੇਂ ਰੂਹੇ ਰਹਿਣਾ ਸਦ ਹੀ ਨੇੜੇ ਜਨਮੀ ਘਰ ਤੇਰੇ ਸੀ ਬਾਬਲ ਰਿਜਕ ਬਗਾਨੇ ਵਿਹੜੇ ਲੈ ਦਾਜ ਵਿੱਚ ਧਰਮ ਦੀਆਂ ਚਿੱਟੀਆਂ ਸ਼ਰਮ ਹਜ਼ਾਰ ਦੀਆਂ ਚੁੰਨੀਆਂ ਵਿਲਿਆ ਹੋ ਚੱਲੀ ਹਾਂ ਆਪਣੀ ਨਵੀਂ ਵਸਾਵਨ ਦੁਨੀਆਂ
ਖੇਲੇ ਅੱਜ ਪਾਰਸ ਨੇ ਗ੍ਰਹਿਤ ਸਮੁੰਦਰ ਦੇ ਵਿੱਚ ਗੇੜੇ, ਖੇਲੇ ਅੱਜ ਪਾਰਸ ਨੇ ਗ੍ਰਹਿਤ ਸਮੁੰਦਰ ਦੇ ਵਿੱਚ ਗੇੜੇ, ਗ੍ਰਹਿਤ ਸਮੁੰਦਰ ਦੇ ਵਿੱਚ ਵਿਹੜੇ, ਜਨਮੀ ਘਰ ਤੇਰੇ ਸੀ ਬਾਬ ਰਿਜਕ ਬਗਾਨੇ ਵਿਹੜੇ, ਜਨਮੀ ਘਰ ਤੇਰੇ ਸੀ ਬਾਬ ਰਿਜਕ ਬਗਾਨੇ ਵਿਹੜੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੁਹਾਡੀ ਜੋ ਰਚਨਾ ਕਵਿਸ਼ਰੀ ਦੇ ਰੂਪ 'ਚ ਸਾਨੂੰ ਸੁਣਾਈ, ਉਹਦੇ ਲਈ ਸੱਚਮੁੱਚ ਕੋਈ ਲਫ਼ਜ਼ ਨਹੀਂ ਹੈ। ਇੰਨੇ ਬਹੁਤ ਵਧੀਆ ਆਵਾਜ਼ ਆ ਤੁਹਾਡੀ ਅਤੇ ਐਡੀ ਸੋਹਣੀ ਲਿਖੀ ਹੋਈ ਕਵਿਸ਼ਰੀ। ਮੈਨੂੰ ਵੀ ਇੱਕ ਕਵਿਸ਼ਰੀ ਦਾ ਇੱਕ ਰੰਗ ਯਾਦ ਆ ਗਿਆ, ਉਹ ਵਿੱਚੋਂ ਇੱਕ ਪਹਿਰਾ ਯਾਦ ਆ, ਉਹ ਮੈਂ ਜ਼ਰੂਰ ਸੁਣਾਉਣਾ ਚਾਹੂੰਗਾ। ਉਹਦੇ ਵਿੱਚ ਕੀ ਹੁੰਦਾ, ਕੋਈ ਕਿਸੇ ਲੜਕੀ ਜੋ ਪੜ੍ਹੀ ਲਿਖੀ ਲੜਕੀ ਦਾ ਵਿਆਹ ਹੋ ਜਾਂਦਾ ਬਾਹਰ ਮੁਲਕ 'ਚ, ਬੇਗਾਨੇ ਮੁਲਕ ਦੇ ਵਿੱਚ, ਜਦੋਂ ਉੱਥੇ ਜਾ ਕੇ ਕੰਮ ਕਰਨਾ ਪੈਂਦਾ। ਫਿਰ ਉਹ ਕਵਿਸ਼ਰੀ ਦੇ ਵਿੱਚ ਮੈਨੂੰ ਇੱਕ ਪਹਿਰਾ ਯਾਦ ਆ, ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਕੀ ਕਹਿੰਦੀ ਹੈ ਲੜਕੀ, ਪੁੱਤ ਮਰਨ ਵਿਚੋਲੇ ਦੇ ਉਹਨੂੰ ਨਵੀਂ ਬਿਮਾਰੀ ਲੱਗੇ, ਥੇ ਹੋ ਜੇ ਦੁਸ਼ਟ ਦਾਵੇ ਬਾਬਿਆਂ ਦੀ ਫੋਟੋ ਦੇ ਅੱਗੇ, ਹੱਥ ਮੈਂ ਜੋੜਾਂ ਇੰਗਲਿਸ਼ ਦੀ ਐਮੇ ਮੈਂ ਬਾਪੂ ਮੀਂਹ ਵਿੱਚ ਵੇੜੀ ਤੋੜਾਂ, ਇੰਗਲਿਸ਼ ਦੀ ਐਮੇ ਮੈਂ ਬਾਪੂ ਮੀਂਹ ਵਿੱਚ ਵੇੜੀ ਤੋੜਾਂ। ਸੋ ਮੈਨੂੰ ਵੀ ਯਾਦ ਆ ਗਈ ਚੀਜ਼, ਤੁਹਾਨੂੰ ਵੀ ਜੇ ਕੋਈ ਚੀਜ਼ ਯਾਦ ਆਉਂਦੀ ਹੈ ਤੁਹਾਡੇ ਚੇਤਿਆਂ ਦੇ ਵਿੱਚ ਉੱਕਰੀ ਹੋਈ ਪੁਰਾਣੀ ਪਰਤ ਦੇ ਵਿੱਚੋਂ ਨਿਕਲੀ ਹੋਈ ਕੋਈ ਚੀਜ਼ ਤੁਹਾਡੇ ਜ਼ਹਿਨ ਦੇ ਵਿੱਚ ਆਉਂਦੀ ਹੈ, ਸਾਡੇ ਨਾਲ ਸਾਂਝੀ ਕਰੋ। ਕੌਲਾਂ ਕਾਫੀ ਹੋਲਡ 'ਤੇ ਨੇ ਅਤੇ ਇੱਕ ਇੱਕ ਕਰਕੇ ਆਪਾਂ ਸਾਰੀਆਂ ਕੌਲਾਂ ਚੱਕਣੀਆਂ ਨੇ। ਅਤੇ ਸਵਾਗਤ ਹੈ ਜੀ ਡੇਲੀ ਡੋਜ਼ ਦੇ ਵਿੱਚ। ਹਾਂਜੀ ਮਹਾਰਾਜ, ਅਹਿਮਦ ਬੋਲ ਰਿਹਾ ਜਰਮਨੀ ਤੋਂ, ਬਹੁਤ ਬਹੁਤ ਸਲਾਮ ਪੇਸ਼ ਕਰਨਾ। ਹਾਂਜੀ ਅਹਿਮਦ ਜੀ, ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਿਣੀ ਹੈ, ਮੈਂ ਅਰਜ਼ ਕਰਨੀ ਹੈ ਤੁਹਾਨੂੰ ਇੱਕ। ਮੈਨੂੰ ਲੱਗਦਾ ਨਾ ਉਧਰੋਂ ਬ੍ਰੇਕ ਦਾ ਇਸ਼ਾਰਾ ਹੋ ਰਿਹਾ, ਤੇ ਜੇ ਤੁਸੀਂ ਹੋਲਡ ਤੇ ਰੱਖ ਲਓ ਤਾਂ ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰ ਲਈਏ। ਬ੍ਰੇਕ ਤੋਂ ਬਾਅਦ ਵੀ ਕਰ ਲਓ ਤੇ ਬ੍ਰੇਕ ਦੇ ਵਿੱਚ ਵੀ ਤੁਸੀਂ ਬਿਸ਼ੱਕ ਮੇਰੇ ਨਾਲ ਗੱਲ ਕਰ ਲਓ। ਜੀ ਜੀ ਜੀ, ਤੁਸੀਂ ਫਿਰ ਥੋੜਾ ਜਿਹਾ ਬ੍ਰੇਕ ਤੇ ਰਹੋ, ਹੋਲਡ ਤੇ ਰਹੋ, ਸੋਰੀ, ਬ੍ਰੇਕ ਤਾਂ ਆਪਾਂ ਲੈ ਕੇ ਆਉਣੇ ਆ। ਸੋ ਮਿਲਦੇ ਆ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਸ਼ੋਅ ਵਿੱਚ ਜਿਹਦਾ ਨਾਮ ਹੈ ਡੇਲੀ ਡੋਜ਼। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ ਤੁਹਾਡੇ ਮਨ ਭਾਉਂਦੇ ਸ਼ੋਅ ਡੇਲੀ ਡੋਜ਼ ਦੇ ਵਿੱਚ। ਅਤੇ ਡੋਜ਼ ਜਿਹੜੀ ਆ ਮਿਲ ਰਹੀ ਆ ਗੱਲਾਂ ਦੀ ਅਤੇ ਗੀਤਾਂ ਦੀ ਅਤੇ ਕਵਿਸ਼ਰੀਆਂ ਦੀ। ਸੇ ਹੁਣ ਜਿਹੜੀ ਆਪਾਂ ਕੌਲ ਪਹਿਲਾਂ ਹੋਲਡ 'ਤੇ ਪਾਈ ਸੀ, ਮੈਂ ਆਪਦੀਆਂ ਗੱਲਾਂ ਨਾ ਕਰਦਾ ਹੋਇਆ ਪਹਿਲਾਂ ਉਹੀ ਕੌਲਰ ਨਾਲ ਗੱਲ ਕਰਦੇ ਹਾਂ। ਹਾਂਜੀ ਸਵਾਗਤ ਹੈ ਜੀ ਤੁਹਾਡਾ ਡੇਲੀ ਡੋਜ਼ ਦੇ ਵਿੱਚ। ਜੀ ਮਹਾਰਾਜ, ਬਹੁਤ ਬਹੁਤ ਸਲਾਮ ਪੇਸ਼ ਕਰਨਾ ਸਭ ਸੁਣਨ ਵਾਲਿਆਂ ਨੂੰ। ਅਹਿਮਦ ਬੋਲ ਰਿਹਾ ਜਰਮਨੀ ਤੋਂ। ਮੈਂ ਅੱਜ ਬੁੱਧ ਦਾ ਦਿਨ ਹੁੰਦਾ ਤੇ ਥੋੜਾ ਜਿਹਾ ਕਲਾਮ ਤੁਹਾਡੀ ਖਿਦਮਤ ਪੇਸ਼ ਕਰਨਾ। ਇਰਸ਼ਾਦ। ਰਹਿਮਤ ਦਾ ਦਰਿਆ ਇਲਾਹੀ ਉੱਤੇ ਹਰ ਦਮ ਵਗਦਾ ਤੇਰਾ, ਤੇ ਜੇ ਇੱਕ ਕਤਰਾ ਉਹ ਬਖਸ਼ੇ ਮੈਨੂੰ ਤੇ ਕੰਮ ਬਣ ਜਾਂਦਾ ਈ ਮੇਰਾ, ਤੇ ਮਸਜਿਦ ਢਾ ਦੇ ਮੰਦਰ ਢਾ ਦੇ ਉੱਤੇ ਢਾ ਦੇ ਜੋ ਕੁਝ ਢਹਿੰਦਾ, ਤੇ ਇੱਕ ਬੰਦਿਆਂ ਦਾ ਉਹ ਦਿਲ ਨਾ ਟਾਮੀ, ਸੁਣ ਰੱਬ ਦਿਲਾਂ ਵਿੱਚ ਰਹਿੰਦਾ। ਮਾਲੀ ਦਾ ਕੰਮ ਪਾਣੀ ਦੇਣਾ ਉੱਤੇ ਭਰ ਭਰ ਮਸ਼ਕਾਂ ਪਾਵੇ,
ਲਿਖਦਾ ਕਮ ਉਹ ਪਲ ਪੁਲ ਲਾਉਣਾ ਤੇ ਲਾਵੇ ਯਾਨਾ ਲਾਵੇ ਮੂਰਖ ਨੂੰ ਕੀ ਪੰਧ ਨਸੀਹਤ ਉੱਤੇ ਪੱਥਰ ਨੂੰ ਕੀ ਪਾਲਾ ਤੇ ਦੁੱਧੀ ਭਾਵੇਂ ਉਹ ਕਾਗ ਨਵਾਏ ਉਹ ਫਿਰ ਕਾਲੇ ਦਾ ਕਾਲਾ ਕਿਆ ਬਾਤ ਹੈ ਮੂਰਖ ਨੂੰ ਕੀ ਪੰਧ ਨਸੀਹਤ ਉੱਤੇ ਪੱਥਰ ਨੂੰ ਕੀ ਪਾਲਾ ਤੇ ਦੁੱਧੀ ਭਾਵੇਂ ਉਹ ਕਾਗ ਨਵਾਏ ਉਹ ਫਿਰ ਕਾਲੇ ਦਾ ਕਾਲਾ ਤੇ ਨੀਚਾਂ ਦੀ ਅਸ਼ਨਾਈ ਕੋਲੋਂ ਉੱਤੇ ਫੈਜ ਕਿਸੇ ਨਹੀਂ ਪਾਇਆ ਤੇ ਕਿਕਰ ਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਖਮਾਇਆ ਕਿਆ ਬਾਤ ਹੈ ਜੀ ਤੁਸੀਂ ਬਹੁਤ ਵਧੀਆ ਆਪਣੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਕਲਾਮ ਪੇਸ਼ ਕੀਤਾ ਰੂਹ ਖੁਸ਼ ਹੋ ਗਈ ਪੰਜਾਬੀ ਦਾ ਬੋਲ ਉਹ ਕਹਿੰਦੇ ਮਾਂ ਬੋਲੀ ਦੇ ਬੋਲ ਤਾਂ ਜਦੋਂ ਸੁਣਨ ਨੂੰ ਕਿਤੇ ਮਿਲ ਜਾਣ ਨਾ ਖਾਸ ਤੌਰ 'ਤੇ ਵਿਦੇਸ਼ੀ ਧਰਤੀ 'ਤੇ ਜਦੋਂ ਪੰਜਾਬੀ ਬੋਲਦਾ ਕੋਈ ਟੱਕਰਦਾ ਤਾਂ ਰੂਹ ਖੁਸ਼ ਹੋਣਾ ਬਣਦੀ ਹੈ ਅਤੇ ਮੈਂ ਤਾਂ ਐਡਾ ਸੋਹਣਾ ਕਲਾਮ ਸੁਣਿਆ ਤੁਹਾਡਾ ਬਹੁਤ ਵਧੀਆ ਲੱਗਿਆ ਸੋ ਅਗਲੇ ਕਾਲਰ ਜੋ ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ ਨੇ ਪਹਿਲਾਂ ਉਹਨਾਂ ਦੀ ਕਾਲ ਲੈਂਦੇ ਹਾਂ ਅਤੇ ਉਹਨਾਂ ਨੂੰ ਮਾਫ਼ੀ ਮੰਗ ਲੈਣੇ ਵੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਮੈਂ ਗੁਰਦੀਪ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਲਾਂ ਤੁਹਾਡਾ ਕਾਲ ਲੇਟ ਹੋ ਗਿਆ ਹੋਲਡ 'ਤੇ ਸੀ ਕਾਫੀ ਲੰਬੇ ਸਮੇਂ ਤੋਂ ਕਾਫੀ ਕਾਲਰ ਹੋਲਡ 'ਤੇ ਨੇ ਹੋਰ ਵੀ ਅਤੇ ਕੀ ਕਹਿਣਾ ਚਾਹੋਗੇ ਕੀ ਸੁਣਾਉਣਾ ਚਾਹੋਗੇ ਅੱਜ ਜਦੋਂ ਨਵਾਂ ਸਾਲ ਚੜਿਆ ਸੀ ਤਾਂ ਪੈਨੀ ਸੰਧੂ ਜੀ ਦੀ ਬੇਟੀ ਅਸ਼ਮੀਤਾ ਜੀ ਅਤੇ ਹਰਕੀਰਤ ਸਿੰਘ ਜੀ ਨੇ ਆਏ ਸੀ ਟੀਵੀ 'ਤੇ ਅਤੇ ਉਹਨਾਂ ਨੇ ਬਹੁਤ ਗੱਲਾਂ ਬਾਤਾਂ ਵਧੀਆ ਕੀਤੀਆਂ ਉਹਨਾਂ ਕਿਹਾ ਕਿ ਬਹੁਤ ਗੱਲਾਂ ਆ ਰਹੀਆਂ ਅਮੈਰੀਕਾ ਦੇ ਵਿੱਚੋਂ ਹੋਰ ਵੀ ਲੋਕਾਂ ਦੀਆਂ ਜਿਹੜੇ ਬਾਹਰ ਆਏ ਆ ਬਈ ਜੀ ਸਾਡੇ ਬੱਚੇ ਵਿਗੜਦੇ ਜਾ ਰਹੇ ਆ ਇਹਨਾਂ ਬਾਰੇ ਕੁਛ ਬੱਚਿਆਂ ਦੇ ਬਾਰੇ ਕੁਛ ਪ੍ਰੋਗਰਾਮ ਲਿਆ ਕਰੋ ਜੀ 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 ਬੱਚਿਆਂ 'ਚ ਸੁਧਾਰ ਇਹਨਾਂ ਦੇ ਕਿੱਦਾਂ ਹੋ ਸਕਦੇ ਆ ਅਤੇ ਉਹਦੇ ਬਾਰੇ ਮੈਂ ਵੀ ਥੋੜ੍ਹਾ ਇੱਕ ਕਵੀ ਹੋਣ ਦੇ ਨਾਤੇ ਮੈਂ ਵੀ ਅੱਜ ਕਵਿਤਾ ਲਿਖੀ ਹੈ ਬੱਚਿਆਂ ਦੇ ਬਾਰੇ ਜੀ ਜੀ ਜ਼ਰੂਰ ਜਲਦੀ ਮੈਂ ਹਮੇਸ਼ਾ ਆਪਣੀ ਕਵਿਤਾ ਹੀ ਲਿਖਦਾ ਹੁੰਦਾ ਤੇ ਆਪਣੀ ਸੁਣਾਉਂਦਾ ਹੁੰਦਾ ਮੈਂ ਕਿਸੇ ਦੀ ਨਹੀਂ ਜੀ ਜੀ ਮੇਰੀ ਲਿਖਾਣੀ ਬਣੀ ਰਹਿੰਦੀ ਆ ਬੱਚਿਆਂ ਦੀ ਇਹਦਾ ਸਿਰਲੇਖ ਹੈ ਬੱਚੇ ਮੰਨਦੇ ਸੱਚੇ ਬੱਚਿਆਂ ਦੀ ਜ਼ਿੰਦਗੀ ਬਣਾਉਣਾ ਉਹਨਾਂ ਨੂੰ ਸੰਸਕਾਰ ਦੇਣਾ ਇਹ ਮਾਪਿਆਂ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਉਹ ਸਕੂਲੋਂ ਪੜ੍ਹ ਕੇ ਆਵਣ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਹਿੱਕ ਨਾਲ ਲਾਉਣਾ ਇਹ ਮਾਪਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਤੋਂ ਬਾਅਦ ਉਹਨਾਂ ਨੂੰ ਪਿਆਰ ਨਾਲ ਬਿਠਾਉਣਾ ਠੰਡਾ ਪਾਣੀ ਪਿਆਉਣਾ ਉਹਨਾਂ ਨੂੰ ਥੋੜ੍ਹਾ ਆਰਾਮ ਕਰਨ ਦੇਣਾ ਜੋ ਉਹਨਾਂ ਲਈ ਸਵਾਦੀ ਭੋਜਨ ਬਣਾਇਆ ਹੈ ਬਣਾਇਆ ਸੀ ਉਹ ਪਿਆਰ ਨਾਲ ਖਵਾਉਣਾ ਵੀ ਮਾਪਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਫਿਰ ਜਦੋਂ ਪ੍ਰਸੰਨ ਚਿੱਤ ਹੋ ਜਾਵਣ ਆਪਣੇ ਕੋਲ ਪਿਆਰ ਨਾਲ ਬਿਠਾਉਣਾ ਤੇ ਪੁੱਛਣਾ ਕੀ ਬੱਚੇ ਅੱਜ ਤੁਸੀਂ ਕਿਸੇ ਹੋਰ ਬੱਚੇ ਦੀ ਕਿਸੇ ਕੰਮ ਵਿੱਚ ਜਾਂ ਖੇਲ ਵਿੱਚ ਮਦਦ ਕੀਤੀ ਹੈ
ਜੇ ਤੁਹਾਡੀ ਕਿਸੇ ਨੇ ਮਦਦ ਕੀਤੀ ਹੈ ਤਾਂ ਕੀ ਤੁਸੀਂ ਉਸਦਾ ਥੈਂਕਸ ਕੀਤਾ ਹੈ ਜੀ? ਕੀ ਤੁਸੀਂ ਆਪਣਾ ਕਿਸਮ ਸ਼ੇਅਰ ਕੀਤਾ ਹੈ ਜਾਂ ਤੁਹਾਨੂੰ ਅੱਜ ਕਿਸੇ ਬੱਚੇ ਤੋਂ ਜਾਂ ਟੀਚਰ ਤੋਂ ਕੋਈ ਚੰਗੀ ਗੱਲ ਸਿੱਖਣ ਨੂੰ ਮਿਲੀ ਹੈ ਕਿ ਲਾਸਟ ਸਮੇਂ ਤੋਂ ਕੁਝ ਬਿਹਤਰ ਹੋ ਰਿਹਾ ਹੈ ਜਾਂ ਬਿਹਤਰ ਕਰਨ ਲਈ ਤੁਹਾਨੂੰ ਹੈਲਪ ਦੀ ਜ਼ਰੂਰਤ ਹੈ? ਅਸੀਂ ਤੁਹਾਡੇ ਮੰਮੀ ਪਾਪਾ ਤੁਹਾਡੀ ਹੈਲਪ ਕਰਨ ਨੂੰ ਹਮੇਸ਼ਾ ਤਿਆਰ ਹਾਂ, ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਜੀ। ਆਓ ਅੱਜ ਆਪਣੇ ਆਪ ਨਾਲ ਵਾਅਦਾ ਕਰੀਏ ਤੇ ਬੱਚਿਆਂ ਨੂੰ ਇਹ ਜਿਹੇ ਬੇਤੁਕੇ ਪ੍ਰਸ਼ਨ ਕਦੇ ਨਾ ਪੁੱਛੀਏ, ਹੋਮਵਰਕ ਕੀ ਦਿੱਤਾ ਹੈ, ਇੰਨੇ ਨੰਬਰ ਘੱਟ ਕਿਉਂ ਆਏ ਨੇ, ਆਪਣੇ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਪਾਇਲਟ ਬਣਾਉਣ ਤੋਂ ਪਹਿਲਾਂ ਇਨਸਾਨ ਬਣਾ ਦਈਏ, ਬੱਚਿਆਂ ਨੂੰ ਬਹਿਣਾ ਕਹਿਣਾ ਤੇ ਸਹਿਣਾ ਸਿਖਾ ਦਈਏ। ਕੁਝ ਲੋਕ ਬੱਚਿਆਂ ਲਈ ਪੈਤ੍ਰਿਕ ਸੰਪਤੀ ਔਰ ਮਕਾਨ ਛੱਡ ਜਾਂਦੇ ਨੇ, ਕੁਝ ਲੋਕ ਦੁਕਾਨ ਛੱਡ ਜਾਂਦੇ ਨੇ, ਪਰ ਅਮਰ ਉਹੀ ਮਾਪੇ ਹੋ ਜਾਂਦੇ ਨੇ ਜੋ ਆਪਣੇ ਬੱਚਿਆਂ ਲਈ ਸੰਸਕਾਰ ਛੱਡ ਜਾਂਦੇ ਨੇ। ਬੱਚੇ ਹੁੰਦੇ ਆ ਮਨ ਦੇ ਸੱਚੇ, ਦੀਪ ਵਰਗੇ ਛੋਟੇ ਇਨਸਾਨ ਵੀ ਇਹਨਾਂ ਬਾਰੇ ਕੁਝ ਲਿਖਣ ਲਈ ਮਜਬੂਰ ਹੋ ਜਾਂਦੇ ਨੇ। ਥੈਂਕ ਯੂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਖੈਰ ਬੱਚਿਆਂ ਦੀ ਪਰਵਰਿਸ਼ ਅਤੇ ਉਹਨਾਂ ਨੂੰ ਸੰਸਕਾਰ ਦੇਣੇ ਵੀ ਬਣਦੇ ਨੇ, ਮਾਂ ਪਿਓ ਦਾ ਇਹ ਹੱਕ ਹੈ, ਇਹ ਅਧਿਕਾਰ ਹੈ ਅਤੇ ਇਹ ਫਰਜ਼ ਹੈ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ, ਚੰਗਾ ਸਿਖਾਓ। ਇਹ ਤੋਂ ਪਹਿਲਾਂ ਕੋਈ ਬਾਹਰ ਉਹਨਾਂ ਦਾ ਕੋਈ ਸਾਥੀ ਉਹੋ ਜਿਹਾ ਬਣੇ, ਉਹ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਦੋਸਤ ਬਣ ਜਾਓ। ਮਾੜੀ ਸੰਗਤ ਵਿੱਚ ਉਹਨੂੰ ਪੈਣ ਤੋਂ ਤੁਸੀਂ ਰੋਕ ਸਕਦੇ ਹੋ ਜੇ ਤੁਸੀਂ ਉਹਨਾਂ ਦੇ ਸੱਚੇ ਦੋਸਤ ਬਣ ਜਾਓ। ਠੀਕ ਹੈ ਜੀ, ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡੀ ਕਵਿਤਾ ਜਾਂ ਵਾਰਤਕ ਜੋ ਵੀ ਤੁਸੀਂ ਸੁਣਾਇਆ। ਅਗਲੇ ਕਾਲਰ ਲੈਂਦੇ ਹਾਂ ਜੀ। ਸਵਾਗਤ ਹੈ ਜੀ, ਹੈਲੋ ਹੈਲੋ, ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਜਾਣ ਸਕਦਾ ਮੈਂ ਕਿਹਨਾਂ ਨਾਲ ਗੱਲ ਕਰ ਰਿਹਾ? ਤੁਸੀਂ ਰੋਜ਼ੀ ਨਾਲ ਕਰ ਰਹੇ ਹੋ ਸ਼ਿਕਾਗੋ ਤੋਂ? ਰੋਜ਼ੀ ਸ਼ਿਕਾਗੋ ਤੋਂ ਬੋਲ ਰਹੇ ਨੇ ਜੀ। ਮੈਨੂੰ ਲੱਗਦਾ ਆਪਣੀ ਪਹਿਲੀ ਵਾਰੀ ਗੱਲ ਹੋ ਰਹੀ ਹੈ ਕਿ ਦੂਜੀ ਵਾਰੀ? ਨਹੀਂ, ਮੇਰੀ ਗੱਲ ਇੱਕ ਵਾਰੀ ਅੱਗੇ ਹੋਈ ਹੋਈ ਹੈ ਜੀ। ਜੀ ਜੀ, ਤੇ ਸੈਕਿੰਡ ਟਾਈਮ ਹੋ ਰਹੀ ਹੈ ਜੀ। ਜੀ, ਸਵਾਗਤ ਹੈ ਜੀ ਤੁਹਾਡਾ, ਤੇ ਅੱਜ ਕੀ ਸੁਣਾਓਗੇ ਵਧੀਆ ਜੀ ਚੀਜ਼? ਅੱਜ ਮੈਂ ਇੱਕ ਪੰਜਾਬੀ ਦਾ ਗਾਣਾ ਸੁਣਾਵਾਂਗੀ ਜੀ, ਇਹ ਗਿੱਲ ਭੈਣ ਜੀ ਨੇ ਉਹਨਾਂ ਵਾਸਤੇ ਜੀ। ਆਉਣ ਦਿਓ। ਓਕੇ, ਪੰਜਾਬੀ ਦੇ ਗਾਣੇ ਮੈਂ ਵੈਸੇ ਘੱਟ ਹੀ ਬੋਲਦੀ ਹਾਂ, ਪਤਾ ਨਹੀਂ ਕਿਉਂ ਜਿਹਾ ਬੋਲਿਆ ਜਾਏਗਾ, ਫਿਰ ਮੈਂ ਗਾ ਰਹੀ ਹਾਂ। ਓਕੇ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ, ਗਲੀ ਭੁੱਲ ਨਾ ਜਾਵੇ ਤਨ ਮੇਰਾ ਆਈਲੀ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ, ਉਸ ਨੂੰ ਨਾ ਚੰਗੀ ਤਰ੍ਹਾਂ ਗਲੀ ਦੀ ਪਛਾਣੇ, ਉਸਨੂੰ ਨਾ ਚੰਗੀ ਤਰ੍ਹਾਂ ਗਲੀ ਦੀ ਪਛਾਣੇ, ਰਾਤ ਹਨੇਰੀ ਮੇਰਾ ਮਾਹੀ ਅਣਜਾਣੇ, ਰਾਤ ਹਨੇਰੀ ਮੇਰਾ ਮਾਹੀ ਅਣਜਾਣੇ, ਬੂਆ ਖੋਲ ਕੇ ਨੀ ਮੈਂ ਬੂਆ ਖੋਲ ਕੇ ਚੋਰੀ ਚੋਰੀ ਤੱਕਦੀਆਂ, ਉਹਨੂੰ ਪੁੱਛ ਨਾ ਪਵੇ ਨਾ ਕਰ ਮੇਰਾ, ਐਨੀ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ, ਕੁੱਟ ਕੁੱਟ ਚੋਰੀਆਂ ਮੈਂ ਤਨ ਲਈ ਰੱਖੀਆਂ, ਦੁੱਧ ਨੂੰ ਉਬਾਲ ਕੇ ਚੱਲਦੀਆਂ ਪੱਕੀਆਂ, ਦੁੱਧ ਨੂੰ ਉਬਾਲ ਕੇ
ਲੰਘ ਨਾ ਜਾਵੇ ਤਨ ਮੇਰਾ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ। ਕਿਆ ਬਾਤ ਹੈ ਜੀ, ਤੁਹਾਡੀ ਆਵਾਜ਼ ਬੜੀ ਪਿਆਰੀ ਹੈ ਜੀ, ਬਹੁਤ ਸੋਹਣੀ ਜੀ ਆਵਾਜ਼ 'ਚ, ਸੋਹਣਾ ਜਿਹਾ ਨਗਮਾ ਪੁਰਾਣਾ ਸੁਣ ਕੇ ਮਜ਼ਾ ਆ ਗਿਆ। ਵੈਸੇ ਇਹ ਵੀ ਬੱਤੀ ਬਾਲਣ ਵਾਲੀ ਗੱਲ ਜਾਂ ਦੀਵਿਆਂ ਵਾਲੀ ਗੱਲ, ਇਹ ਪੁਰਾਣੇ ਸਮੇਂ ਦੀ ਆ। ਮੇਰੇ ਯਾਦ ਆ ਸਾਡੇ, ਚਲੋ ਗੱਲਾਂ ਬਾਅਦ 'ਚ ਕਰਾਂਗੇ, ਮੈਨੂੰ ਪਿੱਛੋਂ ਹੁਕਮ ਹੋ ਗਿਆ ਕਹਿੰਦੇ ਭਾਈ ਬ੍ਰੇਕ ਲੈ ਲਾ, ਗੱਲਾਂ ਬਾਤਾਂ 'ਤੇ ਵੀ ਆਪਾਂ ਬ੍ਰੇਕ ਲਾਉਣੇ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੇ ਮਨ ਪਾਉਂਦੇ ਸ਼ੋ ਡੇਲੀ ਡੋਜ਼ ਦੇ ਵਿੱਚ। ਮਾਂ ਬੋਲੀ ਦੇ ਮਿੱਠੇ ਬੋਲ, ਕੰਨਾਂ ਵਿੱਚ ਰਸ ਦਿੰਦੇ ਘੋਲ, ਬੱਚਿਆਂ ਨੂੰ ਬਿਠਾ ਕੇ ਕੋਲ ਵੰਡੋ ਇਹ ਖਜ਼ਾਨਾ ਅਨਮੋਲ। ਕਿਉਂ ਠੀਕ ਹੈ ਨਾ ਪੌਲ? ਗੱਲ ਇਹ ਆ ਜੀ ਵੀ ਜਿਹੜੀ ਤੁਸੀਂ ਬੱਚਿਆਂ ਨੂੰ ਬਿਠਾ ਕੇ ਜੇ ਕੋਲ ਗੱਲਾਂ ਬਾਤਾਂ ਕਰੋਗੇ, ਦਰਅਸਲ ਕੋਸ਼ਿਸ਼ ਕਰੋ ਵੀ ਪੰਜਾਬੀ 'ਚ ਹੀ ਬੋਲੋ, ਆਪਣੀ ਭਾਸ਼ਾ ਦੇ ਵਿੱਚ ਹੀ ਬੋਲੋ। ਘਰ ਕਿਤਾਬਾਂ ਲਿਆ ਕੇ ਰੱਖੋ, ਸ਼ਬਦ ਕੋਸ਼ ਘਰ ਹੋਣਾ ਜ਼ਰੂਰੀ ਆ, ਨਵੇਂ ਨਵੇਂ ਸ਼ਬਦ ਵਰਤੋ ਤਾਂ ਕਿ ਜਿਹੜੇ ਬੱਚੇ ਆ ਨਵੇਂ ਡੇਲੀ ਹਰ ਰੋਜ਼ ਡੇਲੀ ਡੋਜ਼, ਜਿਵੇਂ ਡੇਲੀ ਡੋਜ਼ ਦੇ ਵਿੱਚ ਗੱਲਾਂ ਦੀ ਡੋਜ਼ ਹੁੰਦੀ ਹੈ ਨਾ, ਉਵੇਂ ਭਾਸ਼ਾ ਦੀ ਸ਼ਬਦਾਂ ਦੀ ਗਿਆਨ ਦੀ ਡੋਜ਼ ਬੱਚਿਆਂ ਨੂੰ ਹਰ ਰੋਜ਼ ਦੇਣੀ ਚਾਹੀਦੀ ਆ, ਤਾਂ ਹੀ ਉਹ ਨਵਾਂ ਕੁਝ ਸਿੱਖਣਗੇ। ਅਤੇ ਜਿਹੜੇ ਬੱਚੇ ਆਪਦੀ ਮਾਂ ਬੋਲੀ ਨਾਲ, ਆਪਦੇ ਸੱਭਿਆਚਾਰ ਨਾਲ, ਵਿਰਸੇ ਨਾਲ ਜੁੜੇ ਰਹਿੰਦੇ ਨੇ, ਅਤੇ ਉਹ ਕਦੇ ਵੀ ਆਪਣੇ ਟੀਚੇ ਤੋਂ, ਆਪਣੇ ਨਿਸ਼ਾਨੇ ਤੋਂ, ਆਪਣੇ ਮਾਰਗ ਤੋਂ ਭਟਕਦੇ ਨਹੀਂ। ਸੋ ਗੱਲਾਂ ਬਾਤਾਂ ਮੇਰੀਆਂ ਤਾਂ ਬਹੁਤ ਨੇ, ਪਰ ਅੱਜ ਤੁਹਾਡੀਆਂ ਹੀ ਸੁਣਨੀਆਂ। ਤੋ ਕਾਫੀ ਸਮੇਂ ਤੋਂ ਕਾਫੀ ਕਾਲਰਸ ਹੋਲਡ ਤੇ ਨੇ, ਅਗਲੇ ਕਾਲਰ ਨਾਲ ਗੱਲ ਕਰਦੇ ਆ। ਸਵਾਗਤ ਹੈ ਜੀ ਡੇਲੀ ਡੋਜ਼ ਦੇ ਵਿੱਚ। ਹਾਂਜੀ, ਹੋਰ ਕੀ ਹਾਲ ਚਾਲ? ਠੀਕ ਠਾਕ, ਬਹੁਤ ਵਧੀਆ ਜੀ, ਤੁਹਾਡੇ ਨਾਲ ਗੱਲ ਹੋ ਰਹੀ ਆ, ਇਹ ਤੋਂ ਵਧੀਆ ਕੀ ਹੋ ਸਕਦਾ। ਡੇਲੀ ਡੋਜ਼ ਕਰ ਰਿਹਾ ਹੈਗਾ ਤੇ ਡੇਲੀ ਡੋਜ਼ ਦੇ ਵਿੱਚ ਇੰਨੇ ਪਿਆਰੇ ਪਿਆਰੇ ਵਿਊਅਰ ਨੇ ਸਾਡੇ, ਤੇ ਉਹਨਾਂ ਦੇ ਮਿੱਠੇ ਮਿੱਠੇ ਗਾਣੇ ਗੱਲਾਂ ਸੁਣਨ ਨੂੰ ਮਿਲ ਰਹੀਆਂ, ਧੰਨ ਭਾਗਾ ਮਹਿਸੂਸ ਕਰ ਰਿਹਾ। ਅੱਜ ਤੁਸੀਂ ਕੀ ਸੁਣਾਓਗੇ ਖਾਸ? ਮੈਂ ਵੀ ਸੁਣਾ ਰਹੀ, ਮੇਰੀ ਇੱਕ ਫਰੈਂਡ ਹੈਗੀ ਆ, ਆਪਣੇ ਵੀਵਰ ਸੀ ਆ, ਉਹ ਜਸਵੰਤ ਜੀ ਹੈਗੇ ਕੈਨੇਡਾ ਤੋਂ, ਉਹ ਇੰਡੀਆ ਗਏ ਸੀ ਆਪਣੇ ਮੁੰਡੇ ਦਾ ਵਿਆਹ ਕਰਨ ਵਾਸਤੇ, ਤੇ ਉਹਨਾਂ ਦੀ ਜਿਹੜੀ ਵੱਡੀ ਨੂੰਹ ਸੀ ਉਹ ਇੱਥੇ ਸੀ, ਉਹ ਜਾ ਨਹੀਂ ਸੀ ਸਕੀ ਕੋਈ ਰੀਜ਼ਨ ਕਰਕੇ, ਤੇ ਮੈਂ ਉਹਨਾਂ ਵੱਲੋਂ ਉਹਨਾਂ ਨੂੰ ਗਾਣਾ ਸੁਣਾ ਰਹੀ ਹਾਂ ਪੰਜਾਬੀ ਦਾ। ਮੈਂ ਨਾ ਇੱਕ ਹਿਸਾਬ ਜਿਹਾ ਲਾਇਆ ਜੀ ਭਰਜਾਈ ਵੱਲੋਂ ਦਿਓਰ ਨੂੰ ਜਿੱਦਾਂ, ਹਾਂ ਮੈਂ ਕਿਹਾ ਮੈਂ ਇੱਕ ਹਿਸਾਬ ਲਾਇਆ ਵੀ ਆਪਣੇ ਕਾਲਰਸ ਜਿਹੜੇ ਹੈਗੇ ਨੇ ਨਾ, ਵਿਊਰਸ ਨੇ, ਉਹ ਸਾਰੇ ਇੱਕ ਦੂਜੇ ਨਾਲ ਬੜਾ ਰਚੇ ਮਿਚੇ ਹੋਏ ਨੇ, ਬੜਾ ਪਿਆਰ ਕਰਦੇ ਨੇ, ਖਿਆਲ ਰੱਖਦੇ ਨੇ, ਬਹੁਤ ਵਧੀਆ ਲੱਗਿਆ ਜੀ। ਬਹੁਤ, ਮੈਂ ਤਾਂ ਉਹਨਾਂ ਨੂੰ ਮਿਲ ਕੇ ਵੀ ਆਈ ਸੀ, ਮੈਂ ਹੁਣ ਵੀ ਜਾਣਾ ਉਦਾਂ ਕੈਨੇਡਾ ਜਾਣਾ, ਮੈਂ ਅਗਲੇ ਮਹੀਨੇ ਮਿਲ ਕੇ ਆਉਂਗੀ ਉਹਨਾਂ ਨੂੰ। ਜੀ 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 ਹਾਂਜੀ, ਤਾਂ ਮੈਂ ਗਾਣਾ ਸੁਣਾਉਣੀ ਆ, ਸੁਣਾਓ। ਨੱਚ ਲੈਣ ਦੇਣੀ ਮੈਨੂੰ ਦਿਓਰ ਦੇਵਿਆ ਵਿੱਚ, ਨੱਚ ਲੈਣ ਦੇਣੀ ਜਿਹਨੂੰ ਝੂਠ ਝੂਠ ਕਹਿੰਦੇ ਨੇ, ਉਹ ਸੱਚ ਲੈਣ ਦੇਣੀ ਮੈਨੂੰ ਦਿਓਰ ਦੇਵਿਆ ਵਿੱਚ, ਸੋਫੀਆ ਦੁਪੱਟਾ ਨੀ ਮੈਂ ਸ਼ੌਂਕ ਨਾਲ ਰੰਗਿਆ, ਸੋਫੀਆ ਦੁਪੱਟਾ ਨੀ ਮੈਂ ਸ਼ੌਂਕ ਨਾਲ ਰੰਗਿਆ, ਕੋਲ ਕੋਲ ਮਾਹੀ ਕੋਲੋ ਲੰਘਿਆ, ਨੀ ਮੈਨੂੰ ਨੀ ਮੈਨੂੰ ਮਾਹੀ ਵਾਲੇ ਰੰਗ ਵਿੱਚ, ਰੰਗ ਲੈਣ ਦੇ ਨੀ ਮੈਨੂੰ ਦਿਓਰ ਦੇਵਿਆ ਵਿੱਚ, ਨੱਚ ਲੈਣ ਦੇ ਨੀ ਮੈਨੂੰ ਦਿਓਰ ਦੇਵਿਆ ਵਿੱਚ, ਸੋਫੀਆ ਦੁਪੱਟਾ ਨੀ ਮੈਂ ਸ਼ੌਂਕ ਨਾਲ ਰੰਗਿਆ। ਸੋਰੀ, ਇਹ ਤਾਂ ਦੁਬਾਰਾ ਬੋਲਦਾ, ਕੋਈ ਗੱਲ ਨਹੀਂ। ਹਾਂਜੀ, ਗੁੱਤ ਖੁੱਲ ਗਈ ਇਹਨੂੰ ਹੋਰ ਵੀ ਖੰਡਾ ਦਿਓ, ਨਾਗ ਮੈਨੂੰ ਕਿੱਲਾ ਮੈਨੂੰ ਜੋਗਨ ਬਣਾ ਦਿਓ, ਨੀ ਮੈਨੂੰ ਨੀ ਮੈਨੂੰ ਨੀ ਮੈਨੂੰ ਹੌਲੀ ਹੌਲੀ ਗਿੱਧੇ ਵਿੱਚ, ਜੱਚ ਲੈਣ ਦੇ ਨੀ ਮੈਨੂੰ ਦਿਓਰ ਦੇਵਿਆ ਵਿੱਚ, ਨੱਚ ਲੈਣ ਦੇ ਨੀ ਮੈਨੂੰ ਦਿਓਰ ਦੇਵਿਆ ਵਿੱਚ,
ਵੇੜਾ ਕਿਵੇਂ ਗੂੰਜਦਾ ਤੇ ਕੰਧਾਂ ਕਿਵੇਂ ਪਾਉਂਦੀਆਂ, ਵੇੜਾ ਕਿਵੇਂ ਗੂੰਜਦਾ ਤੇ ਕੰਧਾਂ ਕਿਵੇਂ ਪਾਉਂਦੀਆਂ, ਪਿੰਡ ਸਾਰਾ ਵੇਖੇ ਬਾਜਾਂ ਪਿੰਡ ਵਿੱਚ ਆਉਂਦੀਆਂ, ਨੀ ਮੈਨੂੰ ਨੀ ਨੀ ਅੜਿਓ ਨੀ ਅੜਿਓ ਨੂਰਪੁਰੀ ਬਚਦਾ ਤੇ ਬਚ ਲੈਣ ਦੇ ਨੀ ਮੈਨੂੰ ਜੋਰ ਦੇਵੇ ਆ ਵਿੱਚ, ਨੱਚ ਲੈਣ ਦੇ ਨੀ ਮੈਨੂੰ ਜੋਰ ਦੇਵੇ ਆ ਵਿੱਚ, ਹਟੋ ਨੀ ਸਹੇਲੀਓ ਹਟਾਓ ਨਾਨੀ ਗੋਰੀਓ, ਅੱਗ ਲੱਗ ਜਾਊ ਮੈਨੂੰ ਲਾਏ ਨਾਨੀ ਗੋਰੀਓ, ਹਟੋ ਨੀ ਸਹੇਲੀਓ ਹਟਾਓ ਨਾਨੀ ਗੋਰੀਓ, ਅੱਗ ਲੱਗ ਜਾਊ ਲਾਗੇ ਆਓ ਨਾਨੀ ਗੋਰੀਓ, ਨੀ ਮੈਨੂੰ ਨੀ ਮੈਨੂੰ ਨੀ ਮੈਨੂੰ ਅੱਗ ਦੇ ਪੰਬੂਕੇ ਵਾਂਗੂ, ਮੱਚ ਲੈਣ ਦੇ ਨੀ ਮੈਨੂੰ ਦੋਰ ਦੇਵੇ ਆ ਵਿੱਚ, ਨੱਚ ਲੈਣ ਦੇ ਨੀ ਮੈਨੂੰ ਦੋਰ ਦੇਵੇ ਆ ਵਿੱਚ। ਕਾਫੀ ਕਾਲਰਸ ਪਹਿਲਾਂ ਹੀ ਹੋਲਡ ਤੇ ਨੇ ਤੇ ਵਾਰੀ ਵਾਰੀ ਕਰਕੇ ਲਾਈਨ ਵਾਈਜ਼ ਜਿਨ੍ਹਾਂ ਦੇ ਕਾਲ ਪਹਿਲਾਂ ਆਏ ਸੀ ਉਸ ਹਿਸਾਬ ਨਾਲ ਆਪਾਂ ਕਾਲ ਚੱਕ ਲੈਂਦੇ ਹਾਂ। ਸਵਾਗਤ ਹੈ ਜੀ ਡੇਲੀ ਡੋਜ਼ ਦੇ ਵਿੱਚ। ਹੈਲੋ, ਸਵਾਗਤ ਹੈ ਜੀ ਡੇਲੀ ਡੋਜ਼ ਦੇ ਵਿੱਚ। ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਤੇ ਕੀ ਸੁਣਾਉਣਾ ਚਾਹੋਗੇ ਅੱਜ? ਹਾਂਜੀ, ਪਹਿਲੇ ਤੁਸੀਂ ਬੋਲਿਆ ਨਾ ਵੀ ਜਦੋਂ ਤੁਸੀਂ ਉੱਠਦੇ ਸੀ ਜਾਂ ਕਰਦੇ ਸੀ ਕਾਹਦੀ ਆਵਾਜ਼ ਤੁਹਾਡੇ ਕੰਨਾਂ 'ਚ ਪੁਰਾਣੇ ਜ਼ਮਾਨੇ 'ਚ ਪੈਂਦੀ ਹੁੰਦੀ ਸੀ? ਜੀ ਜੀ ਜੀ। ਤੇ ਜਦੋਂ ਪਿੰਡਾਂ 'ਚ ਸਪੀਕਰ ਲੱਗਦੇ ਸੀ ਤੇ ਆਵਾਜ਼ ਪੈਂਦੀ ਹੁੰਦੀ, ਇਹੀ ਪੈਂਦੀ ਹੁੰਦੀ ਸੀ ਜਦੋਂ ਕਿਸੇ ਨੇ ਰੇਡੀਓ ਲਾਉਣਾ ਤਾਂ ਪਹਿਲਾਂ ਸਵੇਰੇ ਉੱਠ ਕੇ ਆ ਹੀ ਲਾਉਣਾ। ਹਾਂਜੀ। ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਤੀਜਾ ਲਾਲਾ ਵੈਂਦੀ ਦੁਨੀਆ ਸਾਰੀ ਏ, ਪੁਲ ਪੁਲੇਖੇ ਮੁੜ ਕੇ ਫੇਰਾ ਪਾ ਜਾਵੀ, ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀ, ਬਾਣੀ ਦੇ ਕਰ ਫੈਸ਼ਨ ਚੜੀ ਕੁਮਾਰੀਏ, ਸਤ ਗੁਰੂ ਨਾਨਕ ਤੇਰੀ ਲੀਲਾ ਨਿਆਰੀਏ। ਹਾਂਜੀ, ਮੈਂ ਅੱਗੂ ਮੈਂ ਬਹੁਤ ਬਹੁਤ ਵਧੀਆ ਜੀ, ਮੈਂ ਵੀ ਸਪੀਕਰ ਦੇ ਵਿੱਚ ਇਹ ਸੁਣਿਆ ਹੋਇਆ ਜਦੋਂ ਪਿੰਡ ਦੇ ਵਿੱਚ ਜਦੋਂ ਗੂੰਜ ਕੇ ਜੇ ਆਵਾਜ਼ ਆਉਂਦੀ ਹੈ ਨਾ ਜੀ, ਉਹ ਬੜੀ ਪਿਆਰੀ ਲੱਗਦੀ ਆ, ਜਿੱਧਰ ਨੂੰ ਹਵਾ ਚੱਲਦੀ ਹੈ ਉੱਧਰ ਨੂੰ ਜ਼ਿਆਦਾ ਜਾਂਦੀ ਹੈ ਆਵਾਜ਼। ਹਾਂਜੀ ਹਾਂਜੀ, ਮਜ਼ਾ ਬੜਾ ਆਉਂਦਾ ਸੀ ਜੰਮਲੇ ਜੱਟ ਦੇ ਜਦੋਂ ਲੱਗਣੇ ਆਪਾਂ ਉੱਠਣਾ ਕਰਨਾ, ਨਾਲ ਨਾਲ ਗਾਣਾ ਕਰਨਾ ਤੇ ਬਹੁਤ ਵਧੀਆ ਲੱਗਦਾ ਸੀ ਉੱਤੇ ਉੱਠਣਾ। ਹਾਂਜੀ ਹਾਂਜੀ, ਮੈਨੂੰ ਪਹਿਲਾਂ ਤੁਹਾਡਾ ਨਾਂ ਦੱਸ ਦਿਓ ਜੀ। ਮੇਰਾ ਨਾਮ ਬਲਵਿੰਦਰ ਹੈ। ਬਲਵਿੰਦਰ ਜੀ, ਤੇ ਮੈਂ ਨਾ ਤੁਹਾਨੂੰ ਮੈਂ ਕਹਿਣਾ ਚਾਹੁੰਦਾ, ਮੈਂ ਅੱਜ ਦਿਲ ਦੀ ਗੱਲ ਇਹ, ਮੈਂ ਘਰਦਿਆਂ ਨੂੰ ਕਿਹਾ ਵੀ ਮੇਰੇ ਵਿਆਹ 'ਤੇ ਤੁਸੀਂ ਡੀ ਜੇ ਡੂਜੇ ਨਾ ਲਾਇਓ, ਸਪੀਕਰ ਜ਼ਰੂਰ ਲਾਉਣਾ ਮੰਜਿਆਂ 'ਤੇ ਜਿਹੜਾ ਪੁਰਾਣੇ ਸਮੇਂ 'ਚ ਲਾਉਂਦੇ ਸੀਗੇ, ਅਤੇ ਨਹੀਂ ਨਹੀਂ ਬਹੁਤ ਵਧੀਆ, ਸਾਰੇ ਪਿੰਡ ਦੇ ਵਿੱਚ ਨਾ ਆਵਾਜ਼ 4-5 ਦਿਨ ਲਾਈ ਰੱਖਣਾ ਆਪਾਂ। ਠੀਕ ਹੈ ਠੀਕ ਹੈ, ਬਹੁਤ ਵਧੀਆ, ਪਹਿਲਾਂ ਇਵੇਂ ਲਾਉਂਦੇ ਸੀ। ਹਾਂਜੀ ਹਾਂਜੀ, ਉਹ ਬੜਾ ਵਧੀਆ ਮਾਹੌਲ ਜਿਹਾ ਲੱਗਦਾ ਅਤੇ ਤੁਸੀਂ ਸਾਨੂੰ ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਲੱਗਦਾ, ਪੁਰਾਣੇ ਗੀਤ ਲੱਗਣੇ ਬਹੁਤ ਵਧੀਆ, ਬਹੁਤ ਵਧੀਆ ਸਾਨੂੰ ਤੁਸੀਂ ਗੀਤ ਸੁਣਾਇਆ ਤੇ ਬਹੁਤ ਬਹੁਤ ਵਧੀਆ ਲੱਗਿਆ, ਤੇ ਇਦਾਂ ਹੀ ਸਾਨੂੰ ਕਾਲ ਕਰਦੇ ਰਹੋ ਤੇ ਅੱਗੇ ਵੀ ਗੀਤ ਸੁਣਾਣਾ ਅਜੇ। ਉਹ ਤੇ ਤੁਹਾਨੂੰ ਸਿਰਫ ਦੱਸਿਆ ਵੀ ਜਦ ਸੁੱਤੇ ਉੱਠਦੇ ਹੀ। ਅੱਛਾ, ਇਹ ਟ੍ਰੇਲਰ ਸੀ ਤੇ ਹੁਣ ਅੱਗੇ ਮਤਲਬ ਫਿਲਮ ਬਾਕੀ ਏ? ਹਾਂਜੀ ਹਾਂਜੀ, ਆਉਣ ਦਿਓ ਅਗਲਾ ਗਾਣਾ, ਆਉਣ ਦਿਓ, ਕਿਹੜਾ ਸੁਣਾਉਣਾ? ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ,
ਤੇਰੇ ਨੀ ਕਰਾਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚ ਪਟਿਆ ਤੇਰੇ ਨੀ ਕਰਾਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਕੱਟਿਆ ਓ ਇਹ ਗੱਲ ਕਹਿਣ ਲੋਕੀ ਗਾਉਣ ਨੀ ਕਹਾਣੀਆਂ ਹੋ ਇਹ ਗੱਲ ਕਹਿਣ ਲੋਕੀ ਗਾਉਣ ਨੀ ਕਹਾਣੀਆਂ ਠੋਕਰਾਂ ਨਾ ਮਾਰ ਮੇਥੋਂ ਸਹੀਆਂ ਨਹੀਂ ਹੋ ਜਾਣੀਆਂ ਠੋਕਰਾਂ ਨਾ ਮਾਰ ਮੇਥੋਂ ਸਹੀਆਂ ਨਹੀਂ ਹੋ ਜਾਣੀਆਂ ਮੈਨੂੰ ਤੇਰੀ ਨੀ ਜਦਾਈ ਕਰ ਛੱਡਿਆ ਜਦਾਈ ਨਾਲੇ ਜੰਬਲਾ ਬਣਾ ਕੇ ਪਰਾਂ ਸੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਪਿਆਰ ਮੇਰੇ ਵਿੱਚ ਸੁਣ ਵੇ ਜੱਟਾ ਮੈਂ ਹੋ ਗਈ ਦੀਵਾਨੀ ਪਿਆਰ ਮੇਰੇ ਵਿੱਚ ਸੁਣ ਵੇ ਜੱਟਾ ਮੈਂ ਹੋ ਗਈ ਦੀਵਾਨੀ ਛੱਡ ਨਾ ਜਾਵੀ ਵੇ ਜੋ ਲੜਪੁਣੇ ਵਿੱਚ ਲਾਈਆਂ ਤੋੜ ਨਾ ਪਾਵੀ ਵੇ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ ਜੋ ਅੱਲੜਪੁਣੇ ਵਿੱਚ ਲਾਈਆਂ ਤੋੜਨ ਬਾਵੀ ਵੇ ਇਸ਼ਕ ਵਾਲੇ ਪਾਸੇ ਦੀਆਂ ਜਾਨ ਛੱਡ ਜਾ ਸਲਾਰ ਕੇ ਜਿੱਤ ਗਈਆਂ ਤੂੰ ਅਸੀਂ ਬਹਿ ਗਏ ਬਾਜੀ ਹਾਰ ਕੇ ਮੈਨੂੰ ਤੇਰੀ ਨੀ ਜਦਾਈ ਕਰ ਛੱਡਿਆ ਜਦਾਈ ਨਾਲੇ ਜੰਬਲਾ ਬਣਾ ਕੇ ਪਰਾਂ ਸੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਦੱਸ ਮੈਂ ਕੀ ਪਿਆਰ ਵਿੱਚ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪਟਿਆ ਓਕੇ ਸਤਿ ਸ਼੍ਰੀ ਅਕਾਲ ਜੀ ਕਿਆ ਬਾਤ ਹੈ ਜੀ ਜਮੈਨ ਮਾਹੌਲ ਬਣ ਦਿੱਤਾ ਗਾਣੇ ਤੇ ਗਾਣਾ ਸੁਣਨ ਨੂੰ ਮਿਲ ਰਿਹਾ ਲਾਲ ਚੰਦ ਜਮਲਾ ਜੱਟ ਜੀ ਦੇ ਖੂਬਸੂਰਤ ਆਵਾਜ਼ 'ਚ ਉਹਨਾਂ ਨੇ ਵੀ ਗਾਇਆ ਅਤੇ ਤੁਸੀਂ ਵੀ ਮਾਹੌਲ ਨੂੰ ਪੂਰਾ ਬੰਨ ਦਿੱਤਾ ਅਤੇ ਗੱਲਾਂ ਬਾਤਾਂ 'ਚ ਪਤਾ ਨਹੀਂ ਲੱਗਦਾ ਵੀ ਬ੍ਰੇਕ ਕਦੋਂ ਆ ਗਈ ਸੋ ਫਿਰ ਆਪਾਂ ਬ੍ਰੇਕ ਲੈ ਲੈਂਦੇ ਉਦੋਂ ਬਾਅਦ ਕਾਫੀ ਕਾਲਰ ਹੋਲਡ 'ਤੇ ਨੇ ਜਿਹੜੇ ਹੋਲਡ 'ਤੇ ਕਾਲਰ ਨੇ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਾਫੀ ਲੰਬਾ ਸਮਾਂ ਤੁਹਾਨੂੰ ਹੋਲਡ 'ਤੇ ਰਹਿਣ ਨੂੰ ਹੋ ਗਿਆ ਸੋ ਬ੍ਰੇਕ ਤੋਂ ਬਾਅਦ ਆਪਾਂ ਇੱਕ ਤੋਂ ਬਾਅਦ ਇੱਕ ਗੱਲਬਾਤ ਕਰਾਂਗੇ ਸੋ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਮੁੜ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਮਨ ਪਾਉਂਦੇ ਸ਼ੋਅ ਡੇਲੀ ਡੋਜ਼ ਦੇ ਵਿੱਚ ਅਤੇ ਗੱਲਾਂ ਬਾਤਾਂ ਅਤੇ ਗਾਣੇ ਇੰਨੇ ਕੁ ਵਧੀਆ ਚੱਲ ਰਹੇ ਨੇ ਪ੍ਰੋਗਰਾਮ ਦਾ ਮਾਹੌਲ ਪੂਰਾ ਬਣਿਆ ਹੋਇਆ ਮੈਨੂੰ ਉਹੀ ਫੀਲਿੰਗ ਆ ਰਹੀ ਹੈ ਜਿਵੇਂ ਮੈਂ ਪਿੰਡ ਦੇ ਫਿਰਨੀ 'ਤੇ ਤੁਰਿਆ ਜਾ ਰਿਹਾ ਹਾਂ ਅਤੇ ਕਿਸੇ ਵਿਆਹ ਵਾਲੇ ਘਰ ਨਾ ਮੰਜੇ ਜੋੜ ਕੇ ਕੋਠੇ ਦੇ ਉੱਤੇ ਸਪੀਕਰ ਲੱਗੇ ਹੋਣ ਅਤੇ ਸਪੀਕਰਾਂ ਦੇ ਵਿੱਚੋਂ ਰਸ ਭਿੰਨੀ ਆਵਾਜ਼ ਹਵਾ ਦੇ ਨਾਲ ਕੰਨ ਰਸ ਰਾਹੀਂ ਮੈਂ ਸੁਣ ਰਿਹਾ ਹੋਵਾਂ ਅਤੇ ਉਹ ਫੀਲ ਕਰਦਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਅਤੇ ਅਗਲੇ ਕਾਲਰ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਆਪਣੀਆਂ ਅਤੇ ਅਗਲੇ ਕਾਲਰ ਜਿਹੜੇ ਜ਼ਿਆਦਾ ਲੰਬੇ ਸਮੇਂ ਤੋਂ ਹੋਲਡ 'ਤੇ ਨੇ ਪਹਿਲਾਂ ਉਹਨਾਂ ਨੂੰ ਚੱਕਦਾ ਹਾਂਜੀ ਸਵਾਗਤ ਹੈ ਜੀ ਹੈਲੋ ਨਮਸਕਾਰ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਕੀ ਹਾਲ ਨੇ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਬਿਨਾ ਭੂਮਿਕਾ ਬੰਨੇ ਗੱਲਾਂ ਬਾਤਾਂ ਦੀ ਆਪਾਂ ਤੁਹਾਡੀ ਮਿੱਠੀ ਜੀ ਆਵਾਜ਼ 'ਚ ਕੁਛ ਨਾ ਕੁਛ ਸੁਣਨਾ ਥੈਂਕ ਯੂ ਸਾਰੇ ਮਿੱਠੇ ਨੇ ਬੇਟਾ ਸਾਰੇ ਮਿੱਠਾ ਬੋਲਦੇ ਆ ਜੀ 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 ਜਿੰਨਾ ਜਿੰਨਾ ਕਿਸੇ ਕੋਲ ਟੈਲੈਂਟ ਹੈ ਸਭ ਆਪਣਾ ਪੂਰਾ ਕਰਦੇ ਆ ਜੀ ਜੀ ਉਹਨਾਂ 'ਚ ਅਸੀਂ ਵੀ ਹੈਗੇ ਆ ਚਲੋ ਸੁਣੋ ਜੀ ਬਹੁਤ ਪੁਰਾਣਾ ਗਾਣਾ ਬੱਤੀਆਂ ਬੁਝਾਏ ਰੱਖਦੀ ਵੇ ਬੱਤੀਆਂ ਬੁਝਾਏ ਰੱਖਦੀ ਵੇ ਦੀਵਾ ਬਲੇ ਸਾਰੀ ਰਾਤ ਮੇਰਿਆ ਹਾਨੀਆਂ ਦੀਵਾ ਬਲੇ ਸਾਰੀ ਰਾਤ ਕੰਨ ਮੈਨੂੰ ਤੰਗ ਕਰਨਾ ਵੇ ਕੰਨ ਮੈਨੂੰ ਤੰਗ ਕਰਨਾ ਵੇ ਰਸਤਾ ਮੈਂ ਵੇਖਾਂ ਸਾਰੀ ਰਾਤ ਮੇਰਿਆ ਹਾਨੀਆਂ ਦੱਸਦਾ
ਜਾ ਕਰਦੀ ਥੱਕ ਗਈ ਆ ਮੈਂ ਮੈਂ ਸੋਹਣੇ ਵਾਂਗ ਬੁਲਾਵਾਂ ਵਿੱਚੋਂ ਹੀ ਚੋਰਾਂ ਸੜਦੀ ਵਿੱਚੋਂ ਹੀ ਚੋਰਾਂ ਸੜਦੀ ਜਿਵੇਂ ਸੜਦੀ ਕੜਾਈ ਵਿੱਚ ਰੇਤ ਮੇਰਿਆ ਹਾਲੀਆਂ ਦੇ ਕਿਆ ਬਾਤ ਹੈ ਜੀ ਬਹੁਤ ਸੋਹਣਾ ਤੁਸੀਂ ਸੁਣਾਇਆ ਅਤੇ ਕਾਲਰ ਹੋਰ ਵੀ ਨੇ ਅਤੇ ਅੱਗੇ ਵੀ ਆਪਾਂ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਸੁਣਾਓ ਕੀ ਸੁਣਾਉਣਾ ਚਾਹੁੰਦੇ ਹੋ ਜੀ ਸਵਾਗਤ ਹੈ ਤੁਹਾਡਾ ਠੀਕ ਹੈ ਮੈਂ ਸੁਣਾਉਣਾ ਫਿਰ ਹੈ ਹਾਂਜੀ ਹਾਂਜੀ ਆਉਣ ਦੋਸਤ ਕਿੱਸਾ ਇਹ ਕਿਆ ਹੋ ਗਿਆ ਸੁਣਾ ਹੈ ਕਿ ਤੂੰ ਬੇਵਫਾ ਹੋ ਗਿਆ ਸੁਣਾ ਹੈ ਕਿ ਤੂੰ ਬੇਵਫਾ ਹੋ ਗਿਆ ਦੁਆ ਬਦੁਆ ਦੇ ਇਹ ਮੁਮਕਿਨ ਨਹੀਂ ਮੁਝੇ ਤੂੰ ਦਗਾ ਦੇ ਇਹ ਮੁਮਕਿਨ ਨਹੀਂ ਖੁਦਾ ਜਾਣੇ ਕਿਆ ਖੁਦਾ ਜਾਣੇ ਕਿਆ ਮਾਜਰਾ ਹੋ ਗਿਆ ਸੁਣਾ ਹੈ ਕਿ ਤੂੰ ਬੇਵਫਾ ਹੋ ਗਿਆ ਅਗਰ ਮੰਗ ਲੈ ਤੂੰ ਉਹ ਜਾਣੇ ਜਿਗਰ ਮੈਂ ਦੇ ਦੂੰ ਇਹ ਜਾਣ ਕਰ ਕਿ ਹੱਕ ਦੋਸਤੀ ਕਾ ਕਿ ਹੱਕ ਦੋਸਤੀ ਕਾ ਅਦਾ ਹੋ ਗਿਆ
ਬਹੁਤ ਵਧੀਆ ਜੀ, ਬਹੁਤ ਵਧੀਆ ਤੁਸੀਂ ਸਾਨੂੰ ਸੁਣਾਇਆ, ਕਿਉਂਕਿ ਕਾਲਰ ਕਾਫੀ ਹੋਲਡ ਤੇ ਨੇ। ਸੋ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ, ਆਪਣਿਆਂ ਨੂੰ, ਆਪਣੇ ਨੂੰ ਤੁਸੀਂ ਸਮਝੋਗੇ ਵੀ ਥੋੜ੍ਹਾ ਥੋੜ੍ਹਾ ਟਾਈਮ ਸਾਰੇ ਲਓ, ਕੋਈ ਗੁੱਸੇ ਨਾ ਹੋਵੇ, ਕੋਈ ਕਿਸੇ ਦਾ ਗਿਲਾ ਨਾ ਹੋਵੇ ਇਸ ਗੱਲ ਨੂੰ ਲੈ ਕੇ ਵੀ ਭਾਈ ਸਾਡਾ ਕਾਲ ਹੋਲਡ 'ਤੇ ਰਿਹਾ ਅਤੇ ਸਾਡੀ ਨਾਲ ਗੱਲ ਨਹੀਂ ਕੀਤੀ। ਸੋ ਅਗਲੇ ਕਾਲਰ ਨਾਲ ਗੱਲ ਕਰਦੇ, ਮੈਂ ਮਾਫੀ ਚਾਹੁੰਦਾ ਜੀ। ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਪਰਮਿੰਦਰ ਬੋਲ ਰਹੀ ਹਾਂ, ਸ਼ਿਕਾਗੋ ਤੋਂ ਬੇਟਾ। ਜੀ ਜੀ, ਪਰਮਿੰਦਰ ਜੀ ਕੀ ਸੁਣਾਉਣਾ ਚਾਹੋਗੇ? ਸੋ ਦੋ ਦੋ ਮਿੰਟ ਸਾਰਿਆਂ ਲਈ ਆ, ਕਿਉਂਕਿ ਜਿੰਨੇ ਕਾਲਰ ਹੋਲਡ ਤੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਆ, ਸੋ ਤੁਹਾਨੂੰ ਵੀ 2 ਮਿੰਟ ਦਿੱਤੇ। ਠੀਕ ਹੈ ਬੇਟਾ, ਠੀਕ ਹੈ ਬੇਟਾ ਜੀ। ਆਕੇ ਪੁਰਾਣਾ ਲੜਕਿਆਂ ਦੇ ਵਿਆਹ ਦੇ, ਥੋੜਾ ਕੋਲੇ ਗਾਓ ਜੀ, ਕੋਲੇ ਆਓ ਫੋਨ ਦੇ। ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ, ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ, ਲਾਓ ਨੀ ਲਾਓ ਇਹਨੂੰ ਸਗਨਾ ਦੀ ਮਹਿੰਦੀ, ਲਾਓ ਨੀ ਲਾਓ ਇਹਨੂੰ ਸਗਨਾ ਦੀ ਮਹਿੰਦੀ, ਮਹਿੰਦੀ ਦਾ ਰੰਗ ਚੜੇ ਸੁਹਾ ਲਾਲ ਮੇਰੇ ਬਨੜੇ ਦੇ, ਬਨੋ ਨੀ ਬਨੋ ਇਹਨੂੰ ਸਗਨਾ ਦਾ ਗਾਨਾ, ਗਾਨੇ ਦੇ ਰੰਗ ਨੇ ਕਮਾਲ ਮੇਰੇ ਬਨੜੇ ਦੇ, ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ, ਲਿਆਵੋ ਨੀ ਲਿਆਵੋ ਭੈਣੋ ਸਗਨਾ ਦਾ ਸੇਰਾ, ਭੈਣਾਂ ਨੂੰ ਕਿੰਨੇ ਨੇ ਖਿਆਲ ਮੇਰੇ ਬਨੜੇ ਦੇ, ਆਵੇ ਬੰਨਾ ਚੜ ਸਗਨਾ ਦੀ ਗੋਲੀ, ਜੋੜੀ ਪਰਾਵਾਂ ਤੇਰੇ ਨਾਲ ਮੇਰੇ ਬਨੜੇ ਦੇ, ਆਵੇ ਲਾ ਆਵੇ ਬੰਨਾ ਲੈ ਲੈ ਸਗਨਾ ਦੀਆਂ ਲਾਵਾਂ, ਸੋਹਣੀ ਜਿਹੀ ਬੰਨਾ ਤੇਰੇ ਨਾਲ ਮੇਰੇ ਬਨੜੇ ਦੇ, ਆਵੇ ਲੈ ਆ ਬੰਨਾ ਸਗਨਾ ਦੀ ਡੋਲੀ, ਲੈ ਆਵੇ ਲੈ ਆ ਕਰ ਸਗਨਾ ਦੀ ਡੋਲੀ, ਮਾਊ ਨੇ ਪਾਣੀ ਪੀਤਾ ਯਾਰ ਮੇਰੇ ਬਨੜੇ ਦੇ, ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ। ਤੁਸੀਂ ਗਾਇਆ ਈ ਕਮਾਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਰਿਆਂ ਨੂੰ 2-2 ਮਿੰਟ ਦੇਣੇ ਆ ਅਤੇ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਐਡੇ ਵਧੀਆ ਵਧੀਆ ਗਾਣੇ ਸੁਣ ਕੇ। ਪਹਿਲਾਂ ਇੱਕ ਹਿੰਦੀ 'ਚ ਗਾਣਾ ਸੁਣਾਇਆ ਮੈਨੂੰ, ਉਹ ਵੀ ਵਧੀਆ ਲੱਗਿਆ, ਅਤੇ ਹਿੰਦੀ ਵਾਲੇ ਗਾਣੇ ਤੋਂ ਮੈਨੂੰ ਸੁਣ ਕੇ ਇਹ ਯਾਦ ਆਇਆ, ਤੁਹਾਨੂੰ ਦੱਸਦਿਆਂ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਆ ਤੁਹਾਡੇ ਲਈ। ਇੱਕ ਸ਼ੋਅ ਆ ਜਸ ਹਿੰਦੀ 'ਤੇ ਆਉਂਦਾ, ਦਿਲ ਕੀ ਓਪਨ ਸਟੇਜ ਉਸ ਸ਼ੋਅ ਦਾ ਨਾਮ ਹੈ, ਅਤੇ ਸਿਮਰ ਮੈਮ ਉਸ ਸ਼ੋਅ ਨੂੰ ਕਰਦੇ ਨੇ, ਸਿਮਰਜੋਤ ਕੌਰ, ਅਤੇ ਉਹ ਤੁਸੀਂ ਜ਼ਰੂਰ ਦੇਖਣਾ ਉਹ ਸ਼ੋਅ। ਅਤੇ ਉਹਦੇ ਵਿੱਚ ਪੁਰਾਣੇ ਹਿੰਦੀ ਨਗਮੇ ਹੁੰਦੇ ਨੇ ਅਤੇ ਨਾਲ ਕਹਾਣੀਆਂ ਹੁੰਦੀਆਂ, ਸ਼ੇਰੋ ਸ਼ਾਇਰੀ ਹੁੰਦੀ ਆ, ਅਤੇ ਉਹਦੇ ਵਿੱਚ ਵੀ ਕਾਲ ਕਰਕੇ ਤੁਸੀਂ ਆਪਣੀਆਂ ਕਵਿਤਾਵਾਂ, ਆਪਣੇ ਸੌਂਗ ਸੁਣਾ ਸਕਦੇ ਹੋ। ਅਤੇ 725 ਚੈਨਲ ਆ ਜਸ ਹਿੰਦੀ, ਅਤੇ ਜਿਹੜਾ ਵੇਲਾ ਹੋ ਗਿਆ ਹੁਣ ਛੋਟੇ ਜਿਹੇ ਬ੍ਰੇਕ ਦਾ ਹੋ ਗਿਆ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਅਤੇ ਤੁਹਾਡੇ ਗਾਣੇ ਜਿਹੜੇ ਕਾਲਰ ਹੋਲਡ 'ਤੇ ਨੇ ਸੁਣਾਂਗੇ ਬ੍ਰੇਕ ਤੋਂ ਬਾਅਦ।
ਉਹ ਕਾਲਾ ਡੋਰੀਆ ਕੁੰਡੇ ਨਾਲ ਅੜਿਆਈ ਓਏ ਤੇ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਓਏ ਉਹ ਨਾ ਲੜ ਦੇਵਰਾ ਤੇਰੀ ਇੱਕ ਪਰਜਾਈ ਵੇ ਨਾ ਲੜ ਦੇਵਰਾ ਤੇਰੀ ਇੱਕ ਪਰਜਾਈ ਵੇ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ ਨਹੀਂ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਮੈਂ ਪੱਬਾਂ ਭਰ ਨੱਚਦੀ ਫਿਰਾਂ ਮੈਂ ਪੱਬਾਂ ਭਰ ਨੱਚਦੀ ਫਿਰਾਂ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨਹੀਂ ਹੋ ਰੂਪ ਦੀ ਰਾਣੀਏ ਪਰਾਂਦੇ ਨੂੰ ਸੰਭਾਲਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨਹੀਂ ਬ੍ਰੇਕ ਤੋਂ ਬਾਅਦ ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਨੂੰ ਜਿਹੜਾ ਗਾਉਣ ਵਾਲਾ ਮੇਰਾ ਕੀੜਾ ਉਹ ਮੈਂ ਸ਼ਾਂਤ ਕਰ ਰਿਹਾ ਸੀ ਲਗਾਤਾਰ ਤਿੰਨ ਗਾਣੇ ਸੁਣਾਏ ਉਹ ਵੀ ਕਾਲੇ ਅੱਖਰ ਦੇ ਉੱਤੇ ਹੁਣ ਦੇਣੇ ਅਗਲੇ ਕਾਲਰ ਕਿਹੜਾ ਗਾਣਾ ਸੁਣਾਉਂਦੇ ਨੇ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਸੂਟ ਵੀ ਕਾਲਾ ਹੀ ਪਾਇਆ ਤੁਸੀਂ ਸੂਟ ਵੀ ਕਾਲਾ ਪਾਇਆ ਹੋਇਆ ਜੀ ਹਾਂਜੀ ਤੇ ਕੀ ਸੁਣਾਓਗੇ ਤੁਸੀਂ ਸਾਨੂੰ ਮੈਂ ਸੁਣਾਉਂਦੀ ਹਾਂ ਸਲੀਮ ਦਾ ਗਾਣਾ ਠੀਕ ਆ 2 ਮਿੰਟ ਹੈ ਜੀ ਤੁਹਾਡੇ ਕੋਲ ਕਿਉਂਕਿ ਕਾਲਰ ਕਾਫੀ ਹੋਲਡ ਤੇ ਆ ਠੀਕ ਆ ਠੀਕ ਆ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਸਾਰੀ ਸਾਰੀ ਰਾਤ ਪਾਵਾਂ ਬਾਤ ਕੰਧਾਂ ਭਰਨ ਹੰਗਾਰਾ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਸਾਰੀ ਸਾਰੀ ਰਾਤ ਪਾਵਾਂ ਬਾਤ ਕੰਧਾਂ ਭਰਨ ਹੰਗਾਰਾ ਤੂੰ ਤੇ ਛੱਡ ਕੇ ਤੁਰ ਗਿਆ ਸਾਨੂੰ ਤੂੰ ਤੇ ਛੱਡ ਕੇ ਤੁਰ ਗਿਆ ਲਾ ਕੇ ਉਮਰਾਂ ਦਾ ਲਾਰਾ ਹੁਣ ਨਹੀਂ ਗੁਜ਼ਾਰਾ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਜੋ ਤੁਰ ਜਾਂਦੇ ਨੇ ਮੁੜ ਨਾ ਆਉਂਦੇ ਨੇ ਪੈਰਾਂ ਦੇ ਨਿਸ਼ਾਨ ਪਿੱਛੇ ਛੱਡ ਜਾਂਦੇ ਨੇ ਜੋ ਤੁਰ ਜਾਂਦੇ ਨੇ ਮੁੜ ਨਾ ਆਉਂਦੇ ਨੇ ਪੈਰਾਂ ਦੇ ਨਿਸ਼ਾਨ ਪਿੱਛੇ ਛੱਡ ਜਾਂਦੇ ਨੇ ਛੇਤੀ ਛੇਤੀ ਆ ਜਾ ਛੇਤੀ ਛੇਤੀ ਆ ਜਾ ਰੋਵੇ ਦਿਲ ਇਹ ਵਿਚਾਰਾ ਹੁਣ ਨਹੀਂ ਗੁਜ਼ਾਰਾ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਮੈਂ ਮਾਫੀ ਚਾਹੁੰਦਾ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਮੈਂ ਇੱਥੋਂ ਅਤੇ ਪਰ 2 ਮਿੰਟ ਤੁਹਾਨੂੰ ਦਿੱਤੇ ਸੀ ਆਵਾਜ਼ ਤੁਹਾਡੀ ਬਹੁਤ ਪਿਆਰੀ ਆ ਅਤੇ ਮੈਨੂੰ ਮਾਫ ਕਰ ਦਿਆ ਜੀ ਕਿਉਂਕਿ ਕਾਲਰ ਕਾਫੀ ਹੋਲਡ 'ਤੇ ਫਿਰ ਸਾਰੇ ਗੁੱਸਾ ਕਰਨਗੇ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਆਪਣੇ ਕੋਲ ਸਵਾਗਤ ਹੈ ਜੀ ਹਾਂਜੀ ਥੈਂਕ ਯੂ ਗੁਰਪ੍ਰੀਤ ਜੀ 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 ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜਾਣ ਪਛਾਣ ਹੋ ਜਾਏ ਹਾਂਜੀ ਮੇਰਾ ਨਾਮ ਰੀਨਾ ਹੈ ਅਤੇ ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ ਹਾਂਜੀ ਰੀਨਾ ਜੀ ਫਿਰ ਤੁਸੀਂ ਕੀ ਸੁਣਾਓਗੇ ਆਪਣੀ ਪਹਿਲੀ ਵਾਰੀ ਗੱਲ ਹੋ ਰਹੀ ਹੈ ਮੈਨੂੰ ਲੱਗ ਰਿਹਾ ਹਾਂਜੀ ਮੈਂ ਵੀ ਤੁਹਾਨੂੰ ਅੱਜ ਹੀ ਦੇਖਿਆ ਕਿਉਂਕਿ ਮੈਂ ਸਵੇਰੇ ਘੱਟ ਟੀ ਵੀ ਦੇ ਲਾਉਂਦੀ ਹਾਂ ਦੁਪਹਿਰੇ ਲਾਉਂਦੀ ਹਾਂ ਕਿਉਂਕਿ ਮੈਨੂੰ ਸੋਹਣਾ ਹੁੰਦਾ ਇਸ ਕਰਕੇ ਜੀ 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 ਅਤੇ ਅੱਜ ਮੈਂ ਲਗਾਇਆ ਜੀ 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 ਅਤੇ ਤੁਸੀਂ ਕੀ ਸੁਣਾਓਗੇ ਫਿਰ ਅੱਜ 2 ਮਿੰਟ ਆ ਤੁਹਾਡੇ ਕੋਲ ਹਾਂਜੀ ਪੰਜਾਬੀ ਗਾਣਾ ਸੁਣਾਉਂਗੀ ਜੀ ਵੇ ਮੈਂ ਤੇਰੀ ਲਾੜੀ ਲੱਗੀ ਆ ਹਾਂ ਮੈਂ ਤੇਰੀ ਲਾੜੀ ਲੱਗੀ ਆ ਵੇ ਰਾਂਝਣਾ ਤੇ ਤੂੰ ਕਰ ਨਾ ਏ ਠੱਗੀ ਆ ਵੇ ਰਾਂਝਣਾ ਵੇ ਮੈਂ ਤੇਰੇ ਲਾੜੀ ਲੱਗੀ ਆ ਵੇ ਰਾਂਝਣਾ
ਲੱਗੀਆਂ ਵੇ ਰਾਂਝਣਾ ਤੇ ਤੂੰ ਕਰ ਲਾਏ ਠੱਗੀਆਂ ਵੇ ਰਾਂਝਣਾ ਵੇ ਮੈਂ ਡੋਲੀ ਵਿੱਚੋਂ ਕੱਢੇ ਆਈ ਪੈਰ ਵੇ ਮੈਂ ਡੋਲੀ ਵਿੱਚੋਂ ਕੱਢੇ ਆਈ ਪੈਰ ਵੇ ਨਿੱਤ ਮੰਗਦੀ ਚੱਲਾਂ ਮੈਂ ਤੇਰੀ ਖੈਰ ਵੇ ਦਿਨ ਥਾਲੇ ਬਥੇਰੀਆਂ ਕਿਆ ਬਾਤ ਹੈ ਜੀ, ਆਹ ਤਾਂ ਤੁਸੀਂ ਬਹੁਤ ਹੀ ਸੋਹਣਾ ਗੀਤ ਸੁਣਾਇਆ, ਮੇਰਾ ਵਨ ਆਫ ਮਾਈ ਫੇਵਰੇਟ ਸੌਂਗ, ਤੁਹਾਡੀ ਐਡੀ ਮਿੱਠੀ ਜੀ ਪਿਆਰੀ ਜੀ ਆਵਾਜ਼ ਸੁਣ ਕੇ ਬਹੁਤ ਵਧੀਆ ਲੱਗਿਆ। ਪਹਿਲਾਂ ਵਾਲੇ ਕਾਲਰ ਦਾ ਹੀ ਇੱਕ ਲਾਸਟ ਮੈਨੂੰ ਤਾਂ ਪਹਿਰਾ ਰਹਿ ਗਿਆ ਸੀਗਾ ਅਤੇ ਮੈਂ ਉਹਨਾਂ ਤੋਂ ਮਾਫ਼ੀ ਚਾਹੁੰਦਾ ਕਿਉਂਕਿ ਮੈਂ ਉਹਨਾਂ ਪਿੱਛੋਂ ਕਹਿ ਰਿਹਾ ਵੀ ਤੂੰ ਬਈ ਕਾਲ ਦੋ ਦੋ ਮਿੰਟ ਦੀ ਲੈਣੀ, ਸੋ ਮੇਰੀ ਕੋਈ ਗਲਤੀ ਨਹੀਂ, ਉਹਨਾਂ ਦੀ ਗਲਤੀ ਹੈ, ਠੀਕ ਹੈ। ਸੋ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ, ਕਾਫ਼ੀ ਲੰਬੇ ਸਮੇਂ ਤੋਂ ਕਾਲ ਹੋਲਡ 'ਤੇ ਆ। ਹੈਲੋ ਹੈਲੋ ਬੇਟਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਪਹਿਲਾਂ ਆਪਣਾ ਨਾਮ ਦੱਸ ਦਿਓ, ਕਿੱਥੋਂ ਬੋਲ ਰਹੇ ਹੋ ਇਹ ਵੀ ਦੱਸ ਦਿਓ। ਓਕੇ ਬੇਟਾ ਜੀ, ਮੇਰਾ ਨਾਮ ਮਨਜੀਤ ਕੌਰ ਹੈ, ਮੈਂ ਕਰੀਮਪੁਰ ਤੋਂ ਬੋਲਦੀ ਹਾਂ। ਹਾਂਜੀ, ਅਤੇ ਤੁਸੀਂ ਕੀ ਸੁਣਾਓਗੇ ਜੀ, ਤੁਹਾਡੇ ਕੋਲ ਵੀ ਦੋ ਮਿੰਟ ਹੀ ਹੈ ਜੀ। ਓਕੇ ਜੀ ਜੀ, ਸੁਣਨੀ ਕੁੜੀਏ ਕਾਂਟਿਆਂ ਵਾਲੀਏ, ਕਾਂਟੇ ਨਾ ਚਮਕਾਈਏ, ਵੇ ਖੂਹ ਟੋਬੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ ਬਾਜ ਭਰਾਵਾਂ ਦੇ, ਨਿਮਕੇ ਉਮਰ ਨੰਗਾਈਏ ਬਾਜ ਭਰਾਵਾਂ ਦੇ, ਸੁਣਨੀ ਕੁੜੀਏ ਕਾਂਟਿਆਂ ਵਾਲੀਏ, ਕਾਂਟੇ ਨਾ ਚਮਕਾਈਏ, ਵੇ ਜਿੱਥੇ ਪੰਜ ਸੱਤ ਮੁੰਡੇ ਸੁਣੀ ਦੇ, ਨੀਵੀਂ ਪਾ ਲੰਘ ਜਾਈਏ ਪਿਓ ਦੀ ਦਾੜੀ ਨੂੰ, ਦਾ ਕਦੇ ਨਾ ਲਾਈਏ ਪਿਓ ਦੀ ਦਾੜੀ ਨੂੰ। ਬਹੁਤ ਬਹੁਤ ਵਧੀਆ ਲੱਗਿਆ ਜੀ। ਹੁਣ ਸਾਰਾ ਕੁਛ, ਕਿਸੇ ਨੇ ਹਿੰਦੀ ਗਾਣਾ ਸੁਣਾਇਆ, ਕਿਸੇ ਨੇ ਪੰਜਾਬੀ ਗਾਣਾ ਸੁਣਾਇਆ, ਕਿਸੇ ਨੇ ਫੋਕ ਸੁਣਾਇਆ, ਕਵਿਸ਼ਰੀ ਸੁਣਾਈ, ਅਤੇ ਆਹ ਹੁਣ ਬੋਲੀਆਂ ਵੀ ਸਾਨੀ ਅਸੀਂ ਸੁਣ ਲਈਆਂ, ਅਤੇ ਲਗਭਗ ਬਹੁਤ ਵਧੀਆ ਮਾਹੌਲ ਬਣ ਚੁੱਕਿਆ। ਅਗਲੇ ਕਾਲਰ ਨਾਲ ਗੱਲ ਕਰਦੇ ਹਾਂ, ਸਵਾਗਤ ਹੈ ਜੀ। ਹੈਲੋ ਹੈਲੋ ਗੁਰਪ੍ਰੀਤ ਮਾਨ ਬੇਟਾ, ਅਰਬਾਂ ਖਰਬਾਂ ਪਿਆਰ ਜੀ ਤੁਹਾਨੂੰ, ਤੁਹਾਡੇ ਕੋਲ ਤਾਂ ਸਿਰਫ ਇੱਕ ਮਿੰਟ ਹੀ ਆ। ਹਾਂਜੀ ਹਾਂਜੀ ਬੇਟਾ, ਅਰਬਾਂ ਖਰਬਾਂ ਪਿਆਰ ਸਰਜੀਤ ਆਂਟੀ ਵੱਲੋਂ, ਤੇ ਹੁਣ ਮੈਂ ਤੁਹਾਨੂੰ ਕੀ ਸੁਣਾਵਾਂ। ਇੱਕ ਮਿੰਟ ਹੀ ਹੈ ਜੀ ਤੁਹਾਡੇ ਕੋਲੇ, ਬੋਲੀ ਸੁਣਾ ਦਿਓ ਕੋਈ। ਇੱਕ ਮਿੰਟ, ਅੱਛਾ ਬੋਲੀ ਸੁਣਾਉਂਦੇ ਆ। ਹਾਂਜੀ ਬੋਲੀ ਲੈ ਮੈਂ ਸੁਣਾਉਂਦੀ ਆ। ਆਉਂਦੀ ਕੁੜੀਏ ਜਾਂਦੀ ਕੁੜੀਏ ਬੈਠਦੀ, ਆਉਂਦੀ ਕੁੜੀਏ ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਪੇਰੀ ਨੀ, ਪੈਣਾ ਨੂੰ ਪਾਈ ਨਿੱਤ ਵੇਲੇ ਦੇ, ਕਿਤੇ ਵਿਛੜੀ ਨਾ ਮਿਲੇ ਸਹੇਲੀ, ਪੈਣਾ ਨੂੰ ਪਾਈ ਨਿੱਤ ਵੇਲੇ ਦੇ। ਵਾਹ ਵਾਹ ਪਿਆਰ, ਓਕੇ ਬਾਏ, ਥੈਂਕ ਯੂ ਬੇਟਾ। ਧੰਨ ਭਾਗ ਸਾਡੇ ਜੀ, ਤੁਹਾਡਾ ਪਿਆਰ ਸਾਨੂੰ ਮਿਲਦਾ, ਤੁਹਾਡਾ ਪਿਆਰ ਸਿਰ ਮੱਥਿਆਂ ਤੇ, ਇੰਨਾ ਪਿਆਰ ਜਿਹੜਾ ਮਿਲ ਰਿਹਾ ਬਹੁਤ ਵਧੀਆ ਲੱਗ ਰਿਹਾ। ਬੋਲੀਆਂ ਮਾਹੌਲ ਪੂਰਾ ਐਂ ਗਿੱਧੇ ਵਾਲਾ ਬਣ ਗਿਆ, ਲੱਗਦਾ ਜਿਵੇਂ ਵਿਆਹ ਧਰਿਆ ਹੋਵੇ, ਅਤੇ ਵਿਆਹ ਦੇ ਵਿੱਚ ਸਾਰੀਆਂ ਮੇਲਣਾ ਅਤੇ ਮੇਲੀ ਆਏ ਹੋਣ, ਅਤੇ ਸਾਰੇ ਮਿਲ ਕੇ ਬੋਲੀਆਂ ਪਾ ਰਹੇ ਹੋਣ, ਅਤੇ ਮੈਨੂੰ ਵੀ ਦੋ ਕੁ ਬੋਲੀਆਂ ਆਉਂਦੀਆਂ ਪਾ ਦਿਆਂ, ਤੁਹਾਡੀ ਇਜਾਜ਼ਤ ਚਾਹੀਦੀ ਆ। ਇੱਕ ਬੋਲੀ, ਸਿਰਫ ਇੱਕ ਬੋਲੀ। ਹੋ ਰਾਇਆ 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 ਜੀ, ਪਹਿਲੇ ਦਿਨ ਜਦ ਬਾਪੂ ਮੇਰਾ, ਪਹਿਲੇ ਦਿਨ ਜਦ ਬਾਪੂ ਮੇਰਾ ਮਿਲਣ ਯੂਨੀਵਰਸਿਟੀ ਆਇਆ ਜੀ, ਝੋਲੇ ਦੇ ਵਿੱਚ ਪੰਜ ਪਤਾਸੇ, ਝੋਲੇ ਦੇ ਵਿੱਚ ਪੰਜ ਪਤਾਸੇ, ਨਾਲ ਗੁਲਗਲੇ ਲਿਆਇਆ ਵੀ, ਜਾਣ ਲੱਗੀ ਨੂੰ ਮੈਡਮ ਦੇ ਹੱਥ, ਜਾਣ ਲੱਗੀ ਨੂੰ ਮੈਡਮ ਦੇ ਹੱਥ, ਸੌ ਦਾ ਨੋਟ ਫੜਾਇਆ, ਮੈਡਮ ਨਿੱਤ ਪੁੱਛਦੀ ਹੋ ਤੇਰਾ ਬਾਪੂ ਫੇਰ ਨਹੀਂ ਆਇਆ, ਮੈਡਮ ਨਿੱਤ ਪੁੱਛਦੀ ਬਾਪੂ ਫੇਰ ਨਹੀਂ ਆਇਆ, ਮੈਡਮ ਨਿੱਤ ਪੁੱਛਦੀ ਤੇਰਾ ਬਾਪੂ ਫੇਰ ਨਹੀਂ ਆਇਆ, ਮੈਡਮ ਨਿੱਤ ਪੁੱਛਦੀ, ਮੋੜੀ ਕੇ ਮੋੜੀ ਕੇ, ਏ ਹਾਂ ਏ ਹਾਂ
ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ। ਇੰਨੇ ਪਿਆਰੇ ਪਿਆਰੇ ਕਾਲਰ ਸੀ ਸਾਡੇ, ਸੋ ਮੈਥੋਂ ਜੇ ਬੋਲਦੇ ਕਰਦੇ ਤੋਂ ਕੋਈ ਗਲਤੀ ਫਲਤੀ ਹੋ ਗਈ ਹੋਵੇ ਤਾਂ ਮੈਂ ਮਾਫ਼ੀ ਚਾਹੁੰਦਾ, ਅਤੇ ਕੋਈ ਵੀ ਸੁਝਾਵ ਕੋਈ ਵੀ ਤਾਰੀਫ ਕਰਨੀ ਹੋਵੇ ਤਾਂ info@jasbroadcasting.com 'ਤੇ ਲਿਖ ਕੇ ਸਾਨੂੰ ਮੇਲ ਕਰ ਸਕਦੇ ਹੋ। ਸੋ ਮੈਨੂੰ ਗੁਰਪ੍ਰੀਤ ਮਾਨ ਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਸਤਿ ਸ਼੍ਰੀ ਅਕਾਲ।